ਅੱਜ ਅਸੀਂ ਪਰਮੇਸ਼ਵਰ ਜੀ ਦੀ ਪਾਕ ਹਜ਼ੂਰੀ ਦੇ ਵਿੱਚੋਂ ਜੋ ਬਾਣੀ ਦੇ ਰਾਹੀਂ ਸਿੱਖਣਾ ਆ ਉਹ ਹੈ ਸਰੀਰਕ ਤੇ ਆਤਮਕ ਬੈਲੈਂਸ ਨਿਯੰਤਰਣ ਕਰਨਾ, ਆਤਮਾ ਨੂੰ ਤੇ ਸਰੀਰ ਨੂੰ ਬੈਲੈਂਸ ਦੇ ਵਿੱਚ ਰੱਖਣਾ ਜਿਹੜਾ ਆ ਉਹ ਅਸੀਂ ਸਿੱਖਾਂਗੇ। ਕਿਉਂਕਿ ਜੇ ਸਾਡਾ ਆਤਮਾ ਜਿਹੜਾ ਆ ਉਹ ਬੈਲੈਂਸ ਵਿੱਚ ਨਹੀਂ ਆ ਜਾਂ ਸਾਡਾ ਸਰੀਰ ਬੈਲੈਂਸ ਦੇ ਵਿੱਚ ਨਹੀਂ ਆ ਤਾਂ ਫਿਰ ਬਹੁਤ ਸਾਰੀਆਂ ਚੀਜ਼ਾਂ ਆ ਜਿਹੜੀਆਂ ਆਪਣੇ ਆਪ ਹੀ ਜਿਹੜੀਆਂ ਆ ਨਾ ਉਹ ਇਮਬੈਲੈਂਸ ਹੋ ਜਾਂਦੀਆਂ ਆ, ਕੰਟਰੋਲ ਤੋਂ ਬਾਹਰ ਹੋ ਜਾਂਦੀਆਂ ਆ। ਇਸ ਲਈ ਅੱਜ ਅਸੀਂ ਇਸੇ ਚੀਜ਼ ਨੂੰ ਸਮਝਣਾ ਆ ਕਿ ਆਤਮਾ ਨੂੰ ਤੇ ਸਰੀਰ ਨੂੰ ਅਸੀਂ ਕਿੱਦਾਂ ਸਹੀ ਤਰੀਕੇ ਦੇ ਨਾਲ ਜਿਹੜਾ ਆ ਉਹ ਬੈਲੈਂਸ ਕਰਨਾ ਆ। ਬੈਲੈਂਸ ਤੁਸੀਂ ਸਮਝਦੇ ਨਾ, ਮਤਲਬ ਦੋਵਾਂ ਨੂੰ ਬਰਾਬਰ ਕਿੱਦਾਂ ਰੱਖਣਾ ਹੈ। ਜੇ ਇੱਕ ਚੀਜ਼ ਭਾਰੀ ਹੋ ਗਈ ਤੇ ਦੂਜੀ ਹਲਕੀ ਹੋਈ ਤਾਂ ਵੀ ਬੜੇ ਗੱਲ ਨਹੀਂ ਬਣਨੀ, ਤੇ ਜੇ ਸਰੀਰ ਭਾਰਾ ਹੈ ਆਤਮਾ ਹਲਕਾ ਆ ਤਾਂ ਵੀ ਗੱਲ ਨਹੀਂ ਬਣਨੀ। ਤਾਂ ਦੋਨੋਂ ਦਾ ਇੱਕ ਜਿਹਾ ਹੋਣਾ ਬਹੁਤ ਜ਼ਰੂਰੀ ਆ ਔਰ ਚੰਗਾ ਹੋਣਾ ਬਹੁਤ ਜ਼ਰੂਰੀ ਆ। ਤੇ ਅੱਜ ਅਸੀਂ ਇਸੇ ਚੀਜ਼ ਦੇ ਬਾਰੇ ਵਿੱਚ ਹੀ ਸਿੱਖਣਾ ਆ। ਇੱਕ ਯੂਨੀਕ ਟੌਪਿਕ ਆ, ਇੱਕ ਬਿਲਕੁਲ ਵਿਲੱਖਣ ਵਿਸ਼ਾ ਆ ਜਿਹੜਾ ਸਧਾਰਨ ਨਹੀਂ ਆ ਔਰ ਮੇਰੇ ਖਿਆਲ 'ਚ ਇਸ ਚੀਜ਼ ਨੂੰ ਬਹੁਤ ਘੱਟ ਡਿਸਕਸ ਕੀਤਾ ਜਾਂਦਾ ਆ ਕਲੀਸੀਆ ਦੇ ਵਿੱਚ। ਮੈਕਸੀਮਮ ਕਲੀਸੀਆ ਨੂੰ ਬਰਕਤ ਲੈਣ ਦਾ ਤਰੀਕਾ ਦੱਸਿਆ ਜਾਂਦਾ ਆ, ਸ਼ਿਫਾ ਲੈਣ ਦਾ ਤਰੀਕਾ ਦੱਸਿਆ ਜਾਂਦਾ ਆ, ਪਰ ਉਹਨਾਂ ਨੂੰ ਆਤਮਾ ਦੇ ਵਿੱਚ ਵਧਣਾ ਘਟਣਾ, ਸਰੀਰ ਦੇ ਵਿੱਚ ਵਧਣਾ ਘਟਣਾ, ਇਹਨੂੰ ਕੰਟਰੋਲ ਦੇ ਵਿੱਚ ਰੱਖਣਾ, ਇਹ ਚੀਜ਼ਾਂ ਤੋਂ ਬਾਹਲਾ ਜਾਣੂ ਨਹੀਂ ਕਰਵਾਇਆ ਜਾਂਦਾ। ਪਰ ਜੇ ਸਾਨੂੰ ਬਰਕਤ ਚਾਹੀਦੀ ਉਹ ਵੀ ਤਾਂ ਸਰੀਰ ਨੂੰ ਚਾਹੀਦੀ ਆ ਨਾ, ਜੇ ਸਾਨੂੰ ਸ਼ਾਂਤੀ ਚਾਹੀਦੀ ਤੇ ਆਤਮਾ ਨੂੰ ਚਾਹੀਦੀ ਆ, ਤੇ ਜਿੰਨੇ ਖਾਣਾ ਪੀਣਾ ਭੋਗਣਾ ਆ ਜੇ ਉਹੀ ਤੰਦਰੁਸਤ ਨਹੀਂ ਆ ਤਾਂ ਫਿਰ ਬਰਕਤਾਂ ਕਿਸ ਕੰਮ ਦੀਆਂ ਆ। ਮਤਲਬ ਜੇਕਰ ਤੁਸੀਂ ਚਾਹੁੰਦੇ ਆ ਕਿ ਤੁਹਾਡੇ ਘਰ ਦੇ ਵਿੱਚ ਬਹੁਤ ਤਰ੍ਹਾਂ ਦੇ ਭੋਜਨ ਹੋਣ, ਬਹੁਤ ਤਰ੍ਹਾਂ ਦੀਆਂ ਮਠਿਆਈਆਂ ਹੋਣ, ਤਾਂ ਉਹਨਾਂ ਦਾ ਲਾਭ ਤਾਂ ਹੀ ਆ ਜੇਕਰ ਤੁਸੀਂ ਉਹਨਾਂ ਨੂੰ ਖਾ ਸਕੋ। ਜੇ ਮਠਿਆਈ ਹੈਗੀ ਆ ਪਰ ਸ਼ੂਗਰ ਵੱਧਦੀ ਆ ਫਿਰ ਉਹ ਕਿਸ ਕੰਮ ਦੀ ਆ ਮਠਿਆਈ? ਜੇ ਗੱਦਾ ਹੈਗਾ ਆ ਨੀਂਦ ਨਹੀਂ ਆਉਂਦੀ ਤੇ ਉਹ ਗੱਦਾ ਕਿਸ ਕੰਮ ਦਾ ਆ ਤੁਹਾਡੇ ਲਈ? ਤਾਂ ਇਸ ਲਈ ਬੈਲੈਂਸ ਦੇ ਵਿੱਚ ਜਦੋਂ ਅਸੀਂ ਲੈ ਕੇ ਆਉਂਦੇ ਆਪਣੇ ਸਪਿਰਿਟ ਨੂੰ, ਆਪਣੀ ਬਾਡੀ ਨੂੰ, ਤਾਂ ਫਿਰ ਇਹ ਚੀਜ਼ਾਂ ਜਿਹੜੀਆਂ ਆ ਨਾ ਇਹ ਸਾਰੀਆਂ ਸਾਡੇ ਲਈ ਯੂਜ਼ਫੁਲ ਹੋ ਜਾਂਦੀਆਂ, ਲਾਭਦਾਇਕ ਹੋ ਜਾਂਦੀਆਂ ਆ। ਤਾਂ ਅੱਜ ਅਸੀਂ ਇਸੇ ਚੀਜ਼ ਦੇ ਬਾਰੇ ਵਿੱਚ ਜਿਹੜਾ ਆ ਉਹ ਸਿੱਖਣਾ ਆ। ਔਰ ਅਸੀਂ ਇੱਕ ਹੀ ਟਾਈਮ ਦੇ ਵਿੱਚ, ਸੇਮ ਟਾਈਮ ਦੇ ਵਿੱਚ, ਜਿੱਦਾਂ ਹੁਣ ਕਹਿ ਲਓ ਇਹ ਸਮਾਂ ਜਿਹੜਾ ਵੀ ਚੱਲ ਰਿਹਾ, ਅਸੀਂ ਇੱਕ ਹੀ ਸਮੇਂ ਦੇ ਵਿੱਚ ਦੋ ਸੰਸਾਰ ਦੇ ਵਿੱਚ ਹੁੰਨੇ, ਦੋ ਤਰ੍ਹਾਂ ਦੇ ਸੰਸਾਰ ਵਿੱਚ, ਆਤਮਕ ਸੰਸਾਰ ਵਿੱਚ ਤੇ ਸਰੀਰਕ ਸੰਸਾਰ ਦੇ ਵਿੱਚ। ਔਰ ਇੱਕ ਹੀ ਜਗ੍ਹਾ ਤੇ ਦੋ ਸੰਸਾਰ ਵੱਸਦੇ ਆ। ਆਤਮਕ ਸੰਸਾਰ ਕਿਸੇ ਹੋਰ ਪਲੈਨਟ ਤੇ ਨਹੀਂ ਆ, ਆਤਮਕ ਦੁਨੀਆ ਕਿਸੇ ਹੋਰ ਗ੍ਰਹਿ ਤੇ ਨਹੀਂ ਆ ਕਿ ਮੰਗਲ ਗ੍ਰਹਿ ਤੇ ਜੀ ਆਤਮਕ ਦੁਨੀਆ ਆ ਜਾਂ
ਹੋਰ ਕਿਸੇ ਤੇ ਤੁਸੀਂ ਕਹਿ ਦੋ ਜੀ ਪਲੂਟੋ ਤੇ ਜਾਂ ਹੋਰ ਕਿਤੇ ਨੋ, ਇੱਥੇ ਹੀ ਆਤਮਿਕ ਦੁਨੀਆ ਵੀ ਆ ਤੇ ਇੱਥੇ ਹੀ ਸੰਸਾਰਿਕ ਦੁਨੀਆ ਆ। ਇੱਕੋ ਥਾਂ ਤੇ ਦੋਨੋਂ ਵਸਰੇ, ਵਿਜ਼ੀਬਲ ਵੀ ਤੇ ਇਨਵਿਜ਼ੀਬਲ ਵੀ, ਦਿਸਣ ਵਾਲੇ ਵੀ ਤੇ ਨਾ ਦਿਸਣ ਵਾਲੇ ਵੀ। ਤੇ ਮੈਂ ਉਹਦੀ ਐਗਜ਼ਾਮਪਲ ਦੇ ਸਕਦੀ, ਮੈਂ ਤੁਹਾਨੂੰ ਹੁਣੇ ਦਿਖਾ ਸਕਦੀ ਹਾਂ ਕਿੰਨੇ ਜਣੇ ਦੇਖਣਾ ਚਾਹੁੰਦੇ ਆ। ਓਕੇ, ਇਹਦਾ ਮਤਲਬ ਤੁਸੀਂ ਕਦੀ ਦੇਖੇ ਨਹੀਂ ਦੋ ਇਕੱਠੇ ਹੈ। ਮਾੜੀ ਜੀ ਆਪਣੇ ਵੱਲ ਨੂੰ ਝਾਤੀ ਮਾਰੋ, ਤੁਹਾਨੂੰ ਕੀ ਦਿੰਦਾ? ਤੁਹਾਨੂੰ ਦੋ ਸੰਸਾਰ ਇਕੱਠੇ ਨਹੀਂ ਦਿੰਦੇ? ਤੁਹਾਡਾ ਸਰੀਰ ਤੇ ਆਤਮਾ ਨਜ਼ਰ ਆਉਂਦੇ ਨਾ ਦੋ ਸੰਸਾਰ ਇਕੱਠੇ, ਤੁਹਾਨੂੰ ਤੁਹਾਡਾ ਸਰੀਰ ਜਿਹੜਾ ਆ ਉਹ ਦਿਖਦਾ ਆ, ਪਰ ਆਤਮਾ ਤੁਹਾਨੂੰ ਪਤਾ ਆ ਕਿ ਹੈਗਾ ਆ ਪਰ ਦਿਖਦਾ ਨਹੀਂ। ਇਹ ਧਰਤੀ ਤੇ, ਇਸੇ ਧਰਤੀ ਤੇ ਜਿੱਥੇ ਆਪਾਂ ਆ, ਇੱਥੇ ਬਹੁਤ ਸਾਰੀਆਂ ਆਤਮਿਕ ਚੀਜ਼ਾਂ ਆ ਜਿਹੜੀਆਂ ਸੱਚੀ ਐਗਜ਼ਿਸਟ ਕਰਦੀਆਂ ਆ, ਮਤਲਬ ਹੋਂਦ ਵਿੱਚ ਆ, ਹੈਗੀਆਂ ਆ ਪਰ ਨਜ਼ਰ ਨਹੀਂ ਆ ਰਹੀਆਂ। ਸਵਰਗਦੂਤ ਇੱਥੇ ਹੀ ਆ, ਤੁਹਾਨੂੰ ਨਜ਼ਰ ਆ ਰਹੇ, ਫੀਲ ਕਰ ਸਕਦੇ ਆ ਪਰ ਨਜ਼ਰ ਨਹੀਂ ਆ ਰਹੇ, ਪਰ ਯਕੀਨ ਆ ਕਿ ਉਹ ਹੈਗੇ। ਤੇ ਜਿਹੜੇ ਚੀਕਾਂ ਮਾਰਨ ਡੇ ਸੀ ਦੁਸ਼ਟ ਆਤਮੇ ਵੀ ਕਹਿ ਲਓ, ਪਰ ਨਜ਼ਰ ਤੇ ਨਹੀਂ ਆ ਰਹੇ, ਉਹਨਾਂ ਦੇ ਕੰਮਾਂ ਤੋਂ ਪਤਾ ਲੱਗ ਰਿਹਾ ਕਿ ਦੁਸ਼ਟ ਆਤਮੇ ਵੀ ਹੈਗੇ। ਇੱਥੇ ਹੀ ਬੁਰਾਈ ਤੇ ਇੱਥੇ ਹੀ ਚੰਗਿਆਈ, ਇੱਥੇ ਹੀ ਜਿਸਮ ਤੇ ਇੱਥੇ ਹੀ ਆਤਮਾ। ਸੋ ਸੇਮ ਟਾਈਮ ਤੇ ਅਸੀਂ ਦੋ ਤਰ੍ਹਾਂ ਦੇ ਸੰਸਾਰ ਦੇ ਵਿੱਚ ਹਾਂ, ਆਤਮਿਕ ਸੰਸਾਰ ਦੇ ਵਿੱਚ ਵੀ ਤੇ ਸਰੀਰਕ ਸੰਸਾਰ ਦੇ ਵਿੱਚ ਵੀ। ਪਰ ਬਹੁਤ ਸਾਰੇ ਲੋਕ ਆ ਜਿਹੜੇ ਜ਼ਿਆਦਾਤਰ ਸਰੀਰਕ ਸੰਸਾਰ ਦੇ ਹੀ ਵਿੱਚ ਵਿਚਰਦੇ ਆ ਔਰ ਉਸੇ ਨੂੰ ਫੀਲ ਕਰਦੇ ਆ, ਪਰ ਉਹ ਆਪਣੀ ਐਗਜ਼ਿਸਟੈਂਸ ਜਿਹੜੀ ਆ ਉਹ ਸਪਿਰਚੁਅਲ ਵਰਲਡ ਦੇ ਵਿੱਚ ਮਹਿਸੂਸ ਹੀ ਨਹੀਂ ਕਰ ਪਾਉਂਦੇ। ਮਤਲਬ ਆਪਣੀ ਹੋਂਦ ਨੂੰ ਆਤਮਿਕ ਸੰਸਾਰ ਦੇ ਵਿੱਚ ਮਹਿਸੂਸ ਹੀ ਨਹੀਂ ਕਰ ਪਾਉਂਦੇ। ਸਾਨੂੰ ਇਹ ਚੀਜ਼ ਚੰਗੀ ਤਰ੍ਹਾਂ ਸਮਝਣੀ ਹੋਊਗੀ। ਅਗਰ ਸਾਨੂੰ ਇਹ ਵਾਲੀ ਚੀਜ਼ ਸਮਝ ਆ ਜਾਵੇ ਕਿ ਅਸੀਂ ਸੇਮ ਟਾਈਮ ਤੇ ਦੋ ਸੰਸਾਰ ਦੇ ਵਿੱਚ ਆ, ਅੱਧਿਓਂ ਜ਼ਿਆਦੇ ਮਸਲੇ ਹੱਲ ਹੋ ਜਾਣੇ, ਅੱਧਿਓਂ ਜ਼ਿਆਦੀਆਂ ਬਿਮਾਰੀਆਂ ਜਾਂਦੀਆਂ ਰਹਿਣੀਆਂ, ਅੱਧਿਓਂ ਜ਼ਿਆਦੀਆਂ ਸਮੱਸਿਆ ਖਤਮ ਹੋ ਜਾਣੀਆਂ ਤੇ ਅੱਧਿਓਂ ਜ਼ਿਆਦੀ ਅਗਿਆਨਤਾ ਖਤਮ ਹੋ ਜਾਣੀ। ਅਸੀਂ ਸਿਰਫ ਯਕੀਨ ਕਰਦੇ ਜੋ ਸਾਨੂੰ ਦਿਖਦਾ ਆ, ਪਰ ਬਾਈਬਲ ਕੀ ਕਹਿੰਦਾ ਆ? ਨੇਚਾ ਅਣਡਿੱਠ ਵਸਤਾਂ ਦਾ ਯਕੀਨ ਹੈ, ਜੋ ਨਜ਼ਰ ਨਹੀਂ ਆ ਰਿਹਾ ਉਹਨਾਂ ਤੇ ਵੀ ਭਰੋਸਾ ਕਰਨਾ ਇਹੀ ਯਕੀਨ ਆ। ਤੁਸੀਂ ਭਰੋਸਾ ਕਰਦੇ ਆ ਕਿ ਪਰਮੇਸ਼ਵਰ ਹੈ? ਸਭ ਜਨ ਭਰੋਸਾ ਕਰਦੇ, ਪਰ ਦੇਖਿਆ ਕਿਸੇ ਨੇ ਨਹੀਂ। ਭਰੋਸਾ ਕਰਦੇ ਆ ਨਾ, ਇਹੀ ਤੇ ਯਕੀਨ ਆ, ਇਹੀ ਨੇਚਾ ਆ। ਉਹ ਨਜ਼ਰ ਨਹੀਂ ਆਉਂਦਾ ਪਰ ਸਾਨੂੰ ਸਭ ਨੂੰ ਭਰੋਸਾ ਆ ਕਿ ਉਹ ਹੈ। ਇਸੇ ਤਰ੍ਹਾਂ ਅਗਰ ਅਸੀਂ ਇਹ ਵਿਸ਼ਵਾਸ ਕਰ ਲਈਏ ਕਿ ਸਾਡੇ ਅੰਦਰ ਜਿਹੜਾ ਆਤਮਾ ਆ ਉਹਨੂੰ ਵੀ ਖੁਰਾਕ ਚਾਹੀਦੀ ਆ, ਅਸੀਂ ਉਹਨੂੰ ਵੀ ਭੋਜਨ ਦੇਣਾ ਆ, ਜਿਹੜਾ ਸਾਡੇ ਅੰਦਰ ਆਤਮਾ ਆ ਉਹਨੂੰ ਵੀ ਪੜਾਉਣਾ ਆ,
ਸਿਰਫ ਸਕੂਲ ਭੇਜ ਕੇ ਸਰੀਰ ਨੂੰ ਐਜੂਕੇਟ ਕਰ ਲਿਆ, ਮਾਈਂਡ ਨੂੰ ਐਜੂਕੇਟ ਕਰ ਲਿਆ, ਸਿੱਖਿਆ ਦਿੱਤੀ, ਆਤਮਾ ਨੂੰ ਨਹੀਂ ਸਿਖਾਇਆ, ਤੇ ਫਿਰ ਆਤਮਾ ਤਾਂ ਅਨਪੜ੍ਹ ਰਹਿ ਗਿਆ। ਸਰੀਰ ਦਾ ਇਕੱਲੇ ਦਾ ਪੜ੍ਹਿਆ ਲਿਖਿਆ ਹੋਣਾ ਤੁਹਾਨੂੰ ਸੰਸਾਰ ਵਿੱਚ ਫਤਿਹ ਨਹੀਂ ਦਵਾਉਂਦਾ। ਜਦੋਂ ਸ਼ੈਤਾਨ ਨੇ ਪ੍ਰਭੂ ਯਿਸੂ ਮਸੀਹ ਨੂੰ ਕਿਹਾ ਇਹਨਾਂ ਪੱਥਰਾਂ ਨੂੰ ਕਹਿ ਰੋਟੀ ਬਣ ਜਾਣ, ਤਾਂ ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ? ਕਹਿੰਦਾ ਮਨੁੱਖ ਸਿਰਫ ਰੋਟੀ ਨਾਲ ਨਹੀਂ ਪਰ ਪਰਮੇਸ਼ਵਰ ਦੇ ਮੂੰਹ ਦੇ ਹਰ ਸ਼ਬਦ ਤੋਂ ਜਿੰਦਾ ਰਹਿ ਸਕਦਾ ਹੈ। ਉਹ ਕੀ ਆ? ਆਤਮਕ ਖੁਰਾਕ ਦੇ ਨਾਲ, ਸਪਿਰਚੁਅਲ ਫੀਡ ਦੇ ਨਾਲ। ਸਿਰਫ ਜਿਸਮਾਨੀ ਖੁਰਾਕ ਹੀ ਫਾਇਦੇਮੰਦ ਨਹੀਂ ਆ, ਆਤਮਾ ਦੀ ਖੁਰਾਕ ਦਾ ਚੰਗਾ ਹੋਣਾ, ਨਰੋਇਆ ਹੋਣਾ ਬਹੁਤ ਮਾਇਨੇ ਰੱਖਦਾ ਆ। ਇਸ ਲਈ ਬਹੁਤ ਕੋਸ਼ਿਸ਼ ਕਰਿਆ ਕਰੋ ਸਰੀਰ ਦੇ ਨਾਲ ਨਾਲ ਆਤਮਾ ਦੀ ਸਾਂਭ ਸੰਭਾਲ ਦੀ ਵੀ। ਜੇ ਲੰਮਾ ਜੀਣਾ ਆ, ਸਰੀਰ ਨਾਲੋਂ ਵੀ ਜ਼ਿਆਦਾ ਤੰਦਰੁਸਤ ਆਤਮਾ ਚਾਹੀਦਾ, ਫਿਰ ਲੰਮਾ ਜੀਵਨ ਮਿਲਣਾ ਆ। ਜੇ ਸਰੀਰ ਤੰਦਰੁਸਤ ਆ, ਆਤਮਾ ਕਮਜ਼ੋਰ ਆ, ਫਿਰ ਲੰਮਾ ਜੀਵਨ ਨਹੀਂ ਆ। ਲੰਬਾ ਜੀਵਨ ਆਤਮਾ ਦੀ ਤੰਦਰੁਸਤੀ ਦੇ ਨਾਲ ਆ। ਸਰੀਰ ਦਾ ਤੰਦਰੁਸਤ ਹੋਣਾ ਬਹੁਤ ਜ਼ਰੂਰੀ ਆ, ਪਰ ਜੇ ਤੁਹਾਡਾ ਆਤਮਾ ਤੰਦਰੁਸਤ ਆ ਤਾਂ 80% ਸਰੀਰ ਆਪਣੇ ਆਪ ਹੀ ਤੰਦਰੁਸਤ ਰਹਿੰਦਾ ਆ। ਪਰ ਜੇ ਤੁਹਾਡਾ ਆਤਮਾ ਬਿਮਾਰ ਆ, ਤੁਸੀਂ ਜਿੰਨੀਆਂ ਮਰਜ਼ੀ ਦਵਾਈਆਂ ਖਾ ਲਓ, ਸਰੀਰ ਤੰਦਰੁਸਤ ਨਹੀਂ ਹੋ ਸਕਦਾ। ਮੈਂ 100% ਕਹਿੰਦੀ ਹਾਂ, ਮਤਲਬ ਤੁਹਾਡਾ ਆਤਮਾ ਬਿਮਾਰ ਆ, ਮਨ ਤੁਹਾਡਾ ਉਦਾਸ ਆ, ਖੁਸ਼ੀ ਨਹੀਂ ਆ, ਤੁਸੀਂ ਕਿੱਦਾਂ ਤੰਦਰੁਸਤ ਹੋ ਸਕਦੇ? ਤੁਹਾਡਾ ਉੱਠਣ ਨੂੰ ਹੀ ਜੀ ਨਹੀਂ ਕਰਦਾ, ਤੁਹਾਡਾ ਕੁਛ ਕੰਮ ਕਰਨ ਨੂੰ ਨਹੀਂ ਜੀ ਕਰਦਾ, ਨਿਆਣੇ ਹਾਸੇ ਪਾਉਂਦੇ ਆ ਤੇ ਤੁਹਾਡਾ ਹੱਸਣ ਨੂੰ ਜੀ ਨਹੀਂ ਕਰਦਾ, ਘਰ ਦੇ ਵਿੱਚ ਖੁਸ਼ੀ ਦਾ ਕੋਈ ਮਾਹੌਲ ਹੈ ਪਰ ਤੁਹਾਨੂੰ ਖੁਸ਼ੀ ਮਹਿਸੂਸ ਹੀ ਨਹੀਂ ਹੋ ਰਹੀ। ਕਿਉਂ? ਕਿਉਂਕਿ ਤੁਹਾਡਾ ਆਤਮਾ ਬਿਮਾਰ ਆ। ਸਰੀਰ ਤਾਂ ਤੰਦਰੁਸਤ ਆ, ਤੁਸੀਂ ਥਰਮਾਮੀਟਰ ਲਾਇਆ ਬੁਖਾਰ ਨਹੀਂ ਆਇਆ, ਤੁਸੀਂ ਬਲੱਡ ਪ੍ਰੈਸ਼ਰ ਵਾਲੀ ਮਸ਼ੀਨ ਲਾਈ ਤੇ ਬਲੱਡ ਪ੍ਰੈਸ਼ਰ ਨਹੀਂ ਨਾ ਵਧਿਆ ਨਾ ਘਟਿਆ, ਸ਼ੂਗਰ ਚੈੱਕ ਕੀਤੀ ਤਾਂ ਉਹ ਵੀ ਨਾਰਮਲ, ਤਾਂ ਕੋਈ ਪ੍ਰੋਬਲਮ ਨਹੀਂ ਆ ਰਹੀ, ਸਿਰ ਵੀ ਨਹੀਂ ਦੁਖ ਰਿਹਾ, ਲੱਤਾਂ ਵੀ ਨਹੀਂ ਦੁਖ ਰਹੀਆਂ, ਪੇਟ ਵੀ ਠੀਕ ਆ, ਫਿਰ ਹਾਸਾ ਕਿਉਂ ਨਹੀਂ? ਫਿਰ ਖੁਸ਼ੀ ਕਿਉਂ ਨਹੀਂ? ਫਿਰ ਕੰਮ ਕਰਨ ਨੂੰ ਦਿਲ ਕਿਉਂ ਨਹੀਂ ਕਰ ਰਿਹਾ? ਕਿਉਂਕਿ ਸਰੀਰ ਤਾਂ ਠੀਕ ਆ, ਆਤਮਾ ਬਿਮਾਰ ਆ। ਪਰ ਜੇਕਰ ਆਤਮਾ ਠੀਕ ਆ, ਸਰੀਰ ਚ ਮਾੜਾ ਮੋਟਾ ਨੁਕਸ ਆ, ਆਤਮਾ ਸਰੀਰ ਨੂੰ ਧੱਕੀ ਫਿਰਦਾ ਆ, ਕਹਿੰਦਾ ਉੱਠ, ਕੁਛ ਨਹੀਂ ਹੋਇਆ, ਯਿਸੂ ਦੇ ਮਾਰ ਖਾਣ ਨਾਲ ਤੂੰ ਸ਼ਿਫਾ ਪਾਈ ਆ, ਨਾਲੇ ਕੰਮ ਕਰੀ ਜਾਂਦਾ, ਨਾਲੇ ਕਹੀ ਜਾਂਦਾ ਮੈਂ ਯਿਸੂ ਮਸੀਹ ਦੇ ਮਾਰ ਖਾਣ ਨਾਲ ਚੰਗਾ ਕੀਤਾ ਗਿਆ ਆ, ਮੈਂ ਠੀਕ ਹੋ ਜਾਣਾ, ਮੈਂ ਕੰਮ ਕਰਦਿਆਂ ਕਰਦਿਆਂ ਠੀਕ ਹੋ ਜਾਣਾ, ਇੱਥੇ ਵਿਹਲੇ ਬਹਿਣ ਦਾ ਕਿਹਦਾ ਟਾਈਮ ਆ, ਸਿਰ ਖੁੜਕਣ ਦਾ ਵਿਹਲ ਨਹੀਂ ਆ, ਇੱਥੇ ਸਿਰ ਬੰਨ ਕੇ ਬਹਿਣ ਦਾ ਕਿਹਦਾ ਵਿਹਲ ਆ? ਆਤਮਾ ਲਈ ਫਿਰਦਾ ਜਿਸਮ ਨੂੰ, ਤੂੰ ਹੀ ਕਿਹੜੀ ਸੀ ਫਿਰਦਾ ਆ ਜੇ ਆਤਮਾ ਤਕੜਾ ਆ। ਪਰ ਜੇ ਆਤਮਾ ਬਿਮਾਰ ਆ, ਫਿਰ ਸਰੀਰ ਆਤਮਾ ਨੂੰ ਧੂ ਨਹੀਂ ਸਕਦਾ, ਸਰੀਰ ਆਤਮਾ ਨੂੰ ਨਹੀਂ ਚੱਕ ਸਕਦਾ, ਆਤਮਾ ਸਰੀਰ ਨੂੰ ਚੱਕਦਾ ਆ। ਤੇ ਓਪਨ ਡੋਰ ਚਰਚ ਜਿਹੜਾ ਆ, ਇਹ ਆਤਮਾ ਦਾ ਸਕੂਲ ਆ, ਆਤਮਾ ਦਾ ਰੈਸਟੋਰੈਂਟ ਆ, ਜਿੱਥੇ ਤੁਹਾਡੇ ਸਪਿਰਿਟ ਨੂੰ ਐਜੂਕੇਟ ਕੀਤਾ ਜਾਂਦਾ ਆ, ਜਿੱਥੇ ਤੁਹਾਡੇ ਸਪਿਰਿਟ ਨੂੰ ਚੰਗਾ ਭੋਜਨ ਪਰੋਸਿਆ ਜਾਂਦਾ ਆ। ਮੈਂ ਇੱਦਾਂ ਕਹਿ ਸਕਦੀ ਹਾਂ, ਕਹਿ ਕੇ ਸਾਨੂੰ ਪਤਾ ਆ ਅਸੀਂ ਕੀ ਕਰਦੇ, ਹਰ ਇਨਸਾਨ ਨੂੰ ਪਤਾ ਹੁੰਦਾ ਵੀ ਉਹ ਕੀ ਕਰਦਾ ਆ।
ਔਰ ਸਾਡੀ ਕਦੀ ਕੋਸ਼ਿਸ਼ ਨਹੀਂ ਹੋਈ ਕਿ ਅਸੀਂ ਤੁਹਾਨੂੰ ਬਾਸਾ ਭੋਜਨ ਦੇਈਏ, ਕਿ ਬੇਹਾ ਖਾਣਾ ਆਤਮਾ ਨੂੰ ਮਿਲੇ। ਬੇਹਾ ਖਾਣਾ ਦਾ ਮਤਲਬ ਉਹ ਖਾਣਾ ਜਿਹਦੇ ਵਿੱਚ ਫੰਗਸ ਆ ਗਈ ਆ, ਜਿਹਦੇ ਅੰਦਰ ਉੱਲੀ ਆ ਚੁੱਕੀ ਆ, ਖਰਾਬ ਹੋ ਚੁੱਕਿਆ, ਜਿਹੜਾ ਕਿਸੇ ਦੇ ਆਤਮਾ ਨੂੰ ਖਰਾਬ ਕਰੇ, ਕਿਸੇ ਦੇ ਪੇਟ ਨੂੰ ਖਰਾਬ ਕਰੇ, ਕਿਸੇ ਦੇ ਕਰੈਕਟਰ ਨੂੰ ਖਰਾਬ ਕਰ ਦੇਵੇ। ਐਸਾ ਭੋਜਨ ਕਦੀ ਵੀ ਅੱਜ ਤੱਕ ਓਪਨ ਡੋਰ ਚਰਚ ਚੋਂ ਸਰਵ ਨਹੀਂ ਕੀਤਾ ਗਿਆ। ਖੁਦਾ ਕਿਰਪਾ ਕਰੇ ਕਿ ਕਦੀ ਵੀ ਇੱਦਾਂ ਅੱਗੇ ਵੀ ਜਿਹੜਾ ਆ ਉਹ ਕਦੀ ਵੀ ਬਾਸਾ ਭੋਜਨ ਨਾ ਇੱਥੇ ਸਰਵ ਕੀਤਾ ਜਾਏ। ਪਰ ਤੰਦਰੁਸਤ ਬਣਾਉਣ ਵਾਲਾ ਹੀ ਤਾਜ਼ਾ ਫਰੈਸ਼ ਮੰਨਾ ਪਰਮੇਸ਼ਵਰ ਦੀ ਹਜ਼ੂਰੀ ਚੋਂ ਲੈ ਕੇ ਪਰਮੇਸ਼ਵਰ ਦੇ ਲੋਕਾਂ ਨਾਲ ਸ਼ੇਅਰ ਕੀਤਾ ਜਾਵੇ। ਹਾਲੇਲੂਇਆ। ਸੋ ਆਤਮਕ ਸੰਸਾਰ ਕੀ ਆ? ਜਿਹੜੀਆਂ ਚੀਜ਼ਾਂ ਹੈਗੀਆਂ ਆ ਪਰ ਨਜ਼ਰ ਨਹੀਂ ਆਉਂਦੀਆਂ। ਤੇ ਜਿਸਮਾਨੀ ਸੰਸਾਰ ਕੀ ਆ? ਜਿਹੜੀਆਂ ਚੀਜ਼ਾਂ ਨਜ਼ਰ ਆਉਂਦੀਆਂ ਆ। ਬਾਈਬਲ ਪ੍ਰੂਵ ਕਰਦਾ ਆ ਕਿ ਦੋ ਤਰ੍ਹਾਂ ਦਾ ਸੰਸਾਰ ਆ, ਕਿਉਂਕਿ ਵਚਨ ਵਿੱਚ ਲਿਖਿਆ ਸਾਡੀ ਲੜਾਈ ਲਹੂ ਤੇ ਮਾਸ ਦੇ ਨਾਲ ਨਹੀਂ ਆ, ਪਰ ਕਾਹਦੇ ਨਾਲ ਆ? ਆਤਮਕ ਦੁਨੀਆ ਦੇ ਜਿਹੜੇ ਅੰਧ ਘੋੜ ਦੇ ਉਹਦੇ ਹਿਸਾਬ ਨਾਲ ਦੱਸਿਆ ਅਹੁਦੇਦਾਰ ਆ ਜਿਹੜੇ ਉਹਨਾਂ ਦੇ ਨਾਲ ਆ, ਹਾਕਮਾਂ ਦੇ ਨਾਲ, ਪਰ ਸੰਸਾਰਿਕ ਹਾਕਮਾਂ ਦੇ ਨਾਲ ਨਹੀਂ, ਆਤਮਕ। ਸੋ ਇਹਦਾ ਮਤਲਬ ਇੱਕ ਆਤਮਕ ਦੁਨੀਆ ਵੀ ਆ। ਔਰ ਸਭ ਤੋਂ ਵੱਡਾ ਸੱਚ ਕੀ ਆ? ਦਿਸਣ ਵਾਲੀਆਂ ਜਿੰਨੀਆਂ ਚੀਜ਼ਾਂ ਆ ਉਹ ਸਭ ਖਤਮ ਹੋ ਜਾਣ ਵਾਲੀਆਂ ਆ, ਤੇ ਨਾ ਦਿਸਣ ਵਾਲੀਆਂ ਅਮਰ ਆ। ਨਾ ਦਿਸਣ ਵਾਲੀਆਂ ਚੀਜ਼ਾਂ ਕਦੀ ਵੀ ਖਤਮ ਨਹੀਂ ਹੁੰਦੀਆਂ। ਪਰਮੇਸ਼ਵਰ ਨਜ਼ਰ ਨਹੀਂ ਆ ਰਿਹਾ, ਪਰ ਉਹ ਆਦ ਤੇ ਅੰਤ ਆ, ਨਾ ਖਤਮ ਹੋਣ ਵਾਲਾ। ਸੋ ਜਿਹੜੀਆਂ ਸਪਿਰਚੁਅਲ ਥਿੰਗਸ ਆ ਉਹ ਲੌਂਗ ਲਾਸਟਿੰਗ ਆ, ਐਵਰ ਲਾਸਟਿੰਗ ਆ, ਪਰ ਜਿਹੜੀਆਂ ਫਿਜ਼ੀਕਲ ਆ ਉਹਨਾਂ ਨੇ ਖਤਮ ਹੋ ਜਾਣਾ ਆ, ਇੱਕ ਦਿਨ ਉਹਨਾਂ ਦਾ ਅੰਤ ਹੋ ਹੀ ਜਾਣਾ ਆ। ਹਰ ਚੀਜ਼ ਦੀ ਇੱਕ ਮਿਆਦ ਆ, ਵੀ ਇਹਨੇ 100 ਸਾਲ ਆ, 150 ਸਾਲ ਆ, ਆਹ ਦਵਾਈ ਆ ਇਹ 3 ਸਾਲ ਬਾਅਦ ਐਕਸਪਾਇਰ ਹੋ ਜਾਣੀ ਆ, ਕੋਈ ਚੀਜ਼ 1 ਸਾਲ ਬਾਅਦ, ਕੋਈ 6 ਮਹੀਨੇ ਬਾਅਦ ਚੀਜ਼ਾਂ ਐਕਸਪਾਇਰ ਹੋ ਜਾਣੀਆਂ। ਬਟ ਤੁਹਾਡਾ ਸਪਿਰਿਟ ਐਕਸਪਾਇਰ ਹੋਣਾ ਨਹੀਂ, ਇਹਨੇ ਕਦੇ ਨਹੀਂ ਮਰਨਾ, ਇਹਨੇ ਜ਼ਿੰਦਾ ਰਹਿਣਾ ਆ, ਕਿਉਂਕਿ ਇਹ ਆਤਮਾ ਆ। ਆਤਮਾ ਮਰਦਾ ਨਹੀਂ, ਜਿਸਮ ਦੇਖਦਾ ਆ, ਜਿਸਮ ਸੰਸਾਰਿਕ ਆ, ਜਿਸਮ ਮਰ ਜਾਂਦਾ ਆ, ਪਰ ਆਤਮਾ ਮਰਦਾ ਨਹੀਂ। ਤੇ ਫਿਰ ਸਾਨੂੰ ਜ਼ਿਆਦਾ ਕੇਅਰ ਕਿਹੜੀ ਚੀਜ਼ ਦੀ ਕਰਨੀ ਚਾਹੀਦੀ ਆ? ਆਤਮਾ ਦੀ। ਔਰ ਸਾਨੂੰ ਜ਼ਿਆਦਾ ਕਲਾਵੇ ਵੀ ਕਿਹੜੀਆਂ ਚੀਜ਼ਾਂ ਦੇ ਭਰਨੇ ਚਾਹੀਦੇ ਆ? ਆਤਮਕ। ਅਸੀਂ ਉਹ ਚੀਜ਼ਾਂ ਇਕੱਠੀਆਂ ਕਰਦੇ ਆ ਜਿਹੜੀਆਂ ਖਤਮ ਹੋ ਜਾਣੀਆਂ ਆ, ਨਾਸ਼ ਹੋ ਜਾਣੀਆਂ, ਤੇ ਜੇ ਅਸੀਂ ਇੱਥੋਂ ਚਲੇ ਜਾਈਏ ਉਹ ਇੱਥੇ ਹੀ ਰਹਿ ਜਾਣੀਆਂ, ਤੇ ਜਿਹੜੀਆਂ ਸਾਡੇ ਨਾਲ ਜਾ ਸਕਦੀਆਂ ਆ ਉਹਨਾਂ ਨੂੰ ਅਸੀਂ ਇਗਨੋਰ ਕਰ ਦਿੰਦੇ ਆ, ਤੇ ਉਹ ਅਸੀਂ ਇਕੱਠੀਆਂ ਕਰਨ ਚ ਵਾਲਾ ਦਿਲਚਸਪੀ ਵੀ ਨਹੀਂ ਲੈਂਦੇ। ਪਰ ਚਾਹੀਦਾ ਤੇ ਇਹ ਆ ਨਾ ਕਿ ਅਗਰ ਅਸੀਂ ਇੱਕ ਬਹੁਤ ਲੰਮੇ ਸਫ਼ਰ ਤੇ ਜਾਣਾ ਆ ਤਾਂ ਅਸੀਂ ਚੰਗੀਆਂ ਚੰਗੀਆਂ ਚੀਜ਼ਾਂ, ਜਦੋਂ ਕੋਈ ਵਿਦੇਸ਼ ਨੂੰ ਜਾਂਦਾ ਆ
ਉਹ ਆਪਣੀ ਜ਼ਰੂਰਤ ਦੀਆਂ ਸਾਰੀਆਂ ਚੀਜ਼ਾਂ ਪੈਕ ਕਰਦਾ ਆ ਜਿਹੜੀਆਂ ਉਹਨੂੰ ਜ਼ਰੂਰਤ ਹੋਣ ਤੇ ਸਭ ਤੋਂ ਬੈਸਟ ਜਿਹੜੀਆਂ ਹੁੰਦੀਆਂ ਨਾ ਉਹ ਪੈਕ ਕਰਦਾ। ਅਰ ਅਸੀਂ ਵੀ ਇੱਕ ਲੰਮੇ ਸਫ਼ਰ ਤੇ ਜਾਣਾ ਆ ਜਿੱਥੇ ਕਦੀ ਮੁੜ ਕੇ ਖਤਮ ਨਹੀਂ ਹੋਣਾ। ਉੱਥੇ ਦੀਆਂ ਚੀਜ਼ਾਂ ਦੀ ਤਿਆਰੀ ਸਾਨੂੰ ਇੱਥੇ ਹੀ ਕਰਨੀ ਪੈਣੀ, ਉੱਥੋਂ ਲਈ ਪੈਕਿੰਗ ਸਾਨੂੰ ਇੱਥੇ ਹੀ ਕਰਨੀ ਪੈਣੀ ਆ। ਉਹ ਪੈਕਿੰਗ ਕਰਨੀ ਸ਼ੁਰੂ ਕਰ ਦਿਓ। ਸਮਾਨ ਬਾੜਾ ਆ, ਸਫ਼ਰ ਲੰਬਾ ਆ ਤੇ ਸਮਾਂ ਥੋੜਾ ਆ। ਅਜੇ ਤਾਂ ਬਹੁਤ ਸ਼ਾਪਿੰਗ ਕਰਨ ਵਾਲੀ ਪਈ ਆ, ਸਪਿਰਚੁਅਲੀ ਆਤਮਕ ਬਹੁਤ ਚੀਜ਼ਾਂ ਇਕੱਠੀਆਂ ਕਰਨ ਵਾਲੀਆਂ ਪਈਆਂ ਆ ਤੇ ਸਾਨੂੰ ਇਦਾਂ ਲੱਗਦਾ ਆ ਜਿੱਦਾਂ ਅਸੀਂ ਪੰਡਾਂ ਭਰ ਲਈਆਂ ਹੋਣ। ਕਈ ਵਾਰੀ ਆਪਾਂ ਮੂੰਹ ਜ਼ਬਾਨੀ ਕਹੀ ਜਾਂਦੇ ਹੁੰਦੇ ਬਹੁਤ ਹੈਗਾ, ਕੋਈ ਗੱਲ ਨੀ, ਹੋ ਜਾਣਾ ਕੰਮ ਹੋ ਜਾਣਾ, ਤੇ ਜਦੋਂ ਫਿਰ ਇਕੱਠੇ ਬਹਿ ਕੇ ਸਲਾਹ ਮਸ਼ਵਰਾ ਕਰੀਏ ਕਹਿਣਾ ਆਹ ਵੀ ਚੀਜ਼ ਹਜੇ ਲਿਆਉਣ ਵਾਲੀ ਆ, ਹਜੇ ਤਾਂ ਆਹ ਵੀ ਲਿਆਉਣਾ ਪੈਣਾ, ਆਹ ਵੀ ਲਿਆਉਣਾ ਪੈਣਾ, ਫਿਰ ਇੱਕ ਦੂਜੇ ਨੂੰ ਕਹਿਣਗੇ ਤੂੰ ਤਾਂ ਕਹਿੰਦਾ ਸੀ ਸਾਰਾ ਕੁਛ ਹੈਗਾ ਆ, ਹੁਣ ਐਡੀ ਵੱਡੀ ਲਿਸਟ ਕਿੱਥੋਂ ਬਣ ਗਈ। ਮੂੰਹ ਜ਼ਬਾਨੀ ਇਦਾਂ ਹੀ ਜਾਪਦਾ ਹੁੰਦਾ ਆ, ਸਾਨੂੰ ਵੀ ਮੂੰਹ ਜ਼ਬਾਨੀ ਇਦਾਂ ਹੀ ਲੱਗਦਾ ਅਸੀਂ ਤਾਂ ਸਿੱਧਾ ਸਵਰਗ ਨੂੰ ਹੀ ਜਾਣਾ, ਸਾਡੇ ਕੋਲ ਗੁਣ ਬਹੁਤ ਆ, ਅਸੀਂ ਸਿਆਣੇ ਬਹੁਤ ਆ। ਪਰ ਜੇ ਆਪਾਂ ਬਹਿ ਕੇ ਲਿਸਟ ਬਣਾਉਣ ਲੱਗ ਗਏ ਉਹਨਾਂ ਕੁਛ ਹੈ ਨਹੀਂ ਜਿੰਨਾ ਕੁਛ ਚਾਹੀਦਾ, ਹੈਂਡ ਬੈਗ ਜੋਗਾ ਵੀ ਹੈ ਨਹੀਂ। ਹੈਂਡ ਬੈਗ 'ਚ 7 ਕਿਲੋ ਲੈ ਕੇ ਜਾਂਦੇ ਨਾ, 23 ਕਿਲੋ ਤੇ ਲਗੇਜ ਵਿੱਚ ਜਾਂਦਾ ਆ ਤੇ ਸਮਾਨ ਹੈਂਡ ਬੈਗ ਜੋਗਾ ਵੀ ਹੈ ਨਹੀਂ। ਤਾਂ ਹਾਲੇ ਬਹੁਤ ਸਮਾਨ ਇਕੱਠਾ ਕਰਨ ਦੀ ਜ਼ਰੂਰਤ ਆ, ਹਾਲੇ ਓਨੀ ਗੱਲ ਬਣੀ ਨਹੀਂ ਜਿੰਨੀ ਨਾਲ ਐਂਟਰੀ ਮਿਲਣੀ ਆ। ਇਸ ਲਈ ਤਿਆਰੀ ਸ਼ੁਰੂ ਕਰੋ। ਇੱਥੇ ਵੀ ਬੜੇ ਮੇਲੇ ਲੱਗ ਸਕਦੇ ਸੀ, ਹੁਣ ਨੂੰ ਬਹੁਤ ਲੱਗ ਜਾਣੇ ਸੀ, ਤੇ ਮੇਲੇ ਲਾਉਣੇ ਕੋਈ ਔਖੀ ਗੱਲ ਨਹੀਂ। ਲੋਕੀ ਪਸੰਦ ਕਰਦੇ ਤਮਾਸ਼ਾ ਵੇਖਣਾ, ਇੰਟਰਟੇਨ ਵਾਲੀਆਂ ਚੀਜ਼ਾਂ। ਕੋਈ ਖਰਾਬ ਵੀਡੀਓ ਵਾਇਰਲ ਹੋ ਜਾਵੇ ਸਭ ਤੋਂ ਜ਼ਿਆਦਾ ਵਿਊਜ਼ ਉਹਦੇ ਹੋਣਗੇ। ਕੋਈ ਗਲਤ ਹੋਵੇ, ਵਿਭਚਾਰਕ ਹੋਵੇ, ਲੜਾਈ ਝਗੜੇ ਦੀ ਹੋਵੇ, ਕਤਲ ਕੁਤਲ ਦੀ ਹੋਵੇ, ਇਹਨਾਂ ਵੀਡੀਓਜ਼ ਦੀ, ਚੋਰੀ ਕਰਦੇ ਦੀ ਕਿਸੇ ਦੀ ਹੋਵੇ, ਇਦਾਂ ਦੀਆਂ ਵੀਡੀਓ ਵਾਇਰਲ ਹੋ ਜਾਣ ਤਾਂ ਮਿਲੀਅਨਸ ਦੇ ਵਿੱਚ ਵਿਊਜ਼ ਜਾਣਗੇ ਤੇ ਥਾਊਜ਼ੈਂਡਸ ਦੇ ਵਿੱਚ ਸ਼ੇਅਰ ਹੁੰਦੇ ਆ, ਹਜ਼ਾਰਾਂ ਸ਼ੇਅਰ ਤੇ ਲੱਖਾਂ ਵਿਊ। ਕਦੀ ਧਾਰਮਿਕ ਚੀਜ਼ਾਂ ਨੂੰ ਇੰਨਾ ਸ਼ੇਅਰ ਹੁੰਦਿਆ ਦੇਖਿਆ? ਕਦੀ ਚੰਗੀਆਂ ਚੀਜ਼ਾਂ ਨੂੰ ਇੰਨਾ ਸ਼ੇਅਰ ਹੁੰਦਾ ਦੇਖਿਆ ਕਿਸੇ ਨੇ? ਉਹ ਤਾਂ ਸਕਰੋਲ ਕਰਕੇ ਇੱਦਾਂ ਨਗਾ ਦੇਣਾ। ਤਾਂ ਦੁਨੀਆ ਦਾ ਇੰਟਰਸਟ ਕਾਹਦੇ ਵਿੱਚ ਆ, ਦਿਲਚਸਪੀ ਕਾਹਦੇ ਵਿੱਚ ਆ? ਗਲਤ ਚੀਜ਼ਾਂ ਦੇ ਵਿੱਚ। ਪ੍ਰਚਾਰ ਚੱਲ ਰਿਹਾ ਹੋਏਗਾ, ਗਲਤ ਮਸ਼ਹੂਰੀ ਆ ਗਈ, ਸਾਰਾ ਹੀ ਧਿਆਨ ਜਿਹੜਾ ਆ ਉਹ ਡਿਸਟਰਬ ਕਰ ਦੇਣਾ ਉਹਨੇ। ਕੀ ਹੋਣਾ ਆ? ਤੁਸੀਂ ਚਾਹੁੰਦਿਆਂ ਹੋਇਆ ਕਿ ਮੈਂ ਪ੍ਰਚਾਰ ਸੁਣਾ, ਕਿਹੜਾ ਚੱਲ ਮਾੜਾ ਜਿਹਾ ਐਡਵਰਟਾਈਜ਼ ਨੂੰ ਦੇਖ ਲੈਂਦੇ ਹਾਂ,
ਤੁਸੀਂ ਭੁੱਲ ਹੀ ਜਾਣਾ ਕਿ ਤੁਸੀਂ ਪ੍ਰਚਾਰ ਸੁਣਦੇ ਸੀ। ਉਹਨੇ ਤੁਹਾਨੂੰ ਕੰਪਲੀਟਲੀ ਡਿਸਟਰੈਕਟ ਕਰ ਦੇਣਾ, ਐਨ ਧਿਆਨ ਤੁਹਾਡਾ ਜਿਹੜਾ ਆ ਉਹਨੇ ਹੋਰ ਪਾਸੇ ਲੈ ਜਾਣਾ। ਸੰਸਾਰਿਕ ਲੋਕਾਂ ਦੇ ਅੰਦਰ ਇਹਨਾਂ ਚੀਜ਼ਾਂ ਦੀ ਭੁੱਖ ਆ, ਬਹੁਤ ਘੱਟ ਆ ਉਹ ਜਿਹੜੇ ਸੱਚੀ ਆਤਮਕ ਸੁਧਾਰ ਚਾਹੁੰਦੇ ਆ, ਬਹੁਤ ਘੱਟ ਆ ਉਹ ਜਿਹੜੇ ਸੱਚੀ ਪਰਮੇਸ਼ਵਰ ਦੇ ਨਾਲ ਜੁੜਨਾ ਚਾਹੁੰਦੇ ਆ ਤੇ ਜਾਣਨਾ ਚਾਹੁੰਦੇ ਆ, ਤੇ ਉਹ ਤੁਸੀਂ ਆ ਜਿਹੜੇ ਹਰ ਵੀਰਵਾਰ ਇੱਥੇ ਆ ਜਾਂਦੇ ਆ ਸੱਚੀ, ਕਿਉਂਕਿ ਇੱਥੇ ਤਾਂ ਕੋਈ ਸਰਕਸ ਵੀ ਨਹੀਂ ਲੱਗੀ, ਕੋਈ ਚਿੱਤਰਹਾਰ ਨਹੀਂ ਚੱਲਦਾ, ਕੋਈ ਇੰਟਰਟੇਨ ਨਹੀਂ ਕੀਤਾ ਜਾ ਰਿਹਾ। ਝੜਕੇ ਸਗਾ ਪੈ ਜਾਂਦੇ ਆ ਬਾਈਬਲ ਦੇ ਵਿੱਚੋਂ ਹਰ ਹਫਤੇ ਥੋੜੇ ਬਹੁਤੇ, ਪਰ ਫਿਰ ਵੀ ਆਉਂਦੇ ਆ। ਕਿਉਂ? ਕਿਉਂਕਿ ਤੁਸੀਂ ਸੱਚੀ ਚਾਹੁੰਦੇ ਆ ਕਿ ਅਸੀਂ ਉੱਥੇ ਤੱਕ ਪਹੁੰਚ ਜਾਈਏ ਜਿੱਥੇ ਤੱਕ ਪਹੁੰਚਣਾ ਚਾਹੀਦਾ ਆ। ਤੁਹਾਡੀ ਭੁੱਖ ਆ ਕਿ ਤੁਹਾਡੇ ਕੋਲੇ ਆਤਮਕ ਸਮਾਨ ਇਕੱਠਾ ਹੋ ਜਾਵੇ, ਤੁਹਾਡੀ ਆਤਮਕ ਤਰੱਕੀ ਹੋ ਜਾਵੇ। ਤੇ ਵਚਨ ਚ ਲਿਖਿਆ ਮੰਗੋ ਤੇ ਤੁਹਾਨੂੰ, ਖੜਕਾਓ ਤੇ ਤੁਹਾਡੇ ਲਈ, ਢੂੰਡੋਗੇ ਤੇ ਤੁਸੀਂ, ਹਾਂ ਤੇ ਤੁਸੀਂ ਆਏ ਹੋ ਨਾ, ਜੋ ਵੀ ਆਪਣੇ ਮਨ ਦੇ ਵਿੱਚ ਲੈ ਕੇ ਉਹ ਪੂਰਾ ਹੋ ਜਾਣਾ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ। ਆਮੇਨ, ਹਾਲੇਲੂਇਆ। ਸੋ ਅਸੀਂ ਸਰੀਰ ਨੂੰ ਤੇ ਆਤਮਾ ਨੂੰ ਬੈਲੈਂਸ ਕਰਨਾ ਆ, ਨਾ ਤਾਂ ਸਿਰਫ ਸਰੀਰਕ ਹੋਵੋ ਤੇ ਨਾ ਸਿਰਫ ਆਤਮਕ ਹੋਵੋ। ਮਤਲਬ ਜੇ ਆਪਾਂ ਸਿਰਫ ਸਰੀਰਕ ਹੋ ਗਏ ਆਤਮਾ ਖਤਮ ਹੋ ਜਾਣਾ, ਤੇ ਜੇ ਸਿਰਫ ਆਤਮਕ ਹੋ ਗਏ ਸਰੀਰ ਖਤਮ ਹੋ ਜਾਣਾ। ਪਰ ਇਸ ਧਰਤੀ ਤੇ ਜੀਣ ਦੇ ਲਈ ਤੁਹਾਡਾ ਸਰੀਰ ਵੀ ਤੰਦਰੁਸਤ ਚਾਹੀਦਾ ਤੇ ਤੁਹਾਡਾ ਆਤਮਾ ਵੀ ਤੰਦਰੁਸਤ ਚਾਹੀਦਾ। ਫਰਜ਼ ਕਰੋ ਤੁਸੀਂ ਸਰੀਰ ਨੂੰ ਬਦਾਮ ਖਵਾਈ ਜਾਂਦੇ ਆ, ਤੁਸੀਂ ਪੀਜ਼ੇ ਬਰਗਰ ਸਾਰੀਆਂ ਚੀਜ਼ਾਂ ਸਵਾਦਲੀਆਂ ਖਵਾਈ ਜਾਂਦੇ, ਜੋ ਇਹ ਮੰਗਦਾ ਖਵਾਈ ਜਾਂਦੇ ਆ, ਪਰ ਤੁਸੀਂ ਆਤਮਾ ਨੂੰ ਕੋਈ ਡਾਇਟ ਨਹੀਂ ਦੇ ਰਹੇ ਤੇ ਸਰੀਰ ਜਿਹੜਾ ਆ ਇਹ ਭਾਰਾ ਹੋ ਜਾਣਾ ਆ। ਪਰ ਜੇ ਦੁੱਖ ਦੀ ਜਰਾ ਜਿੰਨੀ ਵੀ ਖਬਰ ਆਈ, ਹਾਰਟ ਅਟੈਕ ਆ ਸਕਦਾ, ਬ੍ਰੇਨ ਸਟ੍ਰੋਕ ਹੋ ਸਕਦਾ। ਕਿਉਂ? ਕਿਉਂਕਿ ਆਤਮਾ ਤਾਂ ਤਕੜਾ ਹੀ ਨਹੀਂ ਆ, ਆਤਮਾ ਕਮਜ਼ੋਰ ਆ, ਉਹਦੇ ਤੋਂ ਦੁੱਖ ਝੱਲ ਨਹੀਂ ਹੋਣਾ, ਤਾਂ ਕਹਾਣੀ ਖਤਮ। ਪਰ ਜੇਕਰ ਕੱਲੇ ਆਤਮਕ ਆ, ਰੋਟੀ ਖਾਣੀ ਛੱਡ ਦਿੱਤੀ, ਪਾਣੀ ਪੀਣਾ ਛੱਡ ਦਿੱਤਾ ਕਿ ਸਰੀਰ ਦੀ ਕੋਈ ਲੋੜ ਨਹੀਂ ਆ, ਤੇ ਫਿਰ ਸਰੀਰ ਨੇ ਖਤਮ ਹੋ ਜਾਣਾ। ਸਰੀਰ ਨੂੰ ਵੀ ਜੀਂਦਾ ਰੱਖਣ ਦੇ ਲਈ ਸਾਨੂੰ ਇਹਦੀ ਸਾਂਭ ਸੰਭਾਲ ਕਰਨੀ ਪੈਣੀ ਆ। ਇਸ ਲਈ ਅਸੀਂ ਫਿਜ਼ੀਕਲ ਤੇ ਸਪਿਰਚੁਅਲ ਬੈਲੈਂਸ ਬਣਾਉਣਾ ਆ, ਆਤਮਕ ਅਤੇ ਸਰੀਰਕ ਬੈਲੈਂਸ ਬਣਾ ਕੇ ਚੱਲਣਾ ਆ। ਕਿਉਂ? ਕਿਉਂਕਿ ਵਚਨ ਸਾਨੂੰ ਇਦਾਂ ਦੱਸਦਾ ਆ, ਜੇ ਅਸੀਂ ਵਚਨ ਨੂੰ ਗੰਭੀਰਤਾਈ ਦੇ ਨਾਲ ਪੜ੍ਹੀਏ ਫਿਰ ਸਾਨੂੰ ਇਹਨਾਂ ਚੀਜ਼ਾਂ ਦੀ ਸਮਝ ਆਉਂਦੀ ਆ। ਵਚਨ ਦੇ ਵਿੱਚ ਸਾਨੂੰ ਕਿਹਾ ਸਰੀਰ ਨਾਲ ਵੀ ਮੇਰੀ ਮਹਿਮਾ ਕਰੋ ਤੇ ਆਤਮਾ ਦੇ ਨਾਲ ਵੀ। ਇਹਦਾ ਮਤਲਬ ਸਰੀਰ ਵੀ ਜ਼ਰੂਰੀ ਆ ਤੇ ਆਤਮਾ ਵੀ ਜ਼ਰੂਰੀ ਆ। ਸੋ ਸਰੀਰ ਦੇ ਨਾਲ ਅਸੀਂ ਪਰਮੇਸ਼ਵਰ ਦੀ ਮਹਿਮਾ ਕਿਵੇਂ ਕਰਦੇ ਹਾਂ? ਜਿਸਮਾਨੀ ਆਰਾਧਨਾ ਦੇ ਬਾਰੇ ਚ ਆਪਾਂ ਦੇਖਦੇ ਹਾਂ, ਪਹਿਲਾ ਕੁਰੰਥੀਆ ਉਹਦਾ 6 ਨੰਬਰ ਅਧਿਆਏ ਉਹਦੀ 19 ਤੇ 20 ਨੰਬਰ ਪੰਕਤੀ
ਅਥਵਾ ਕੀ ਤੁਸੀਂ ਇਹ ਨਹੀਂ ਜਾਣਦੇ ਭਈ ਤੁਹਾਡੀ ਦੇਹੀ ਤੁਹਾਡੇ ਅੰਦਰ ਪਵਿੱਤਰ ਆਤਮਾ ਦੀ ਹੈਕਲ ਹੈ ਜਿਹੜੀ ਤੁਹਾਨੂੰ ਪਰਮੇਸ਼ਵਰ ਦੇ ਵੱਲੋਂ ਮਿਲੀ ਹੈ ਅਤੇ ਤੁਸੀਂ ਆਪਣੇ ਆਪ ਦੇ ਨਹੀਂ ਹੋ, ਤੁਸੀਂ ਤਾਂ ਮੁੱਲ ਲਏ ਹੋਏ ਹੋ, ਇਸ ਲਈ ਆਪਣੀ ਦੇਹੀ ਨਾਲ ਪਰਮੇਸ਼ਵਰ ਦੀ ਵਡਿਆਈ ਕਰੋ। ਸੋ ਬਾਈਬਲ ਸਾਨੂੰ ਕਹਿੰਦਾ ਆਪਣੀ ਦੇਹੀ ਦੇ ਨਾਲ ਵੀ ਪਰਮੇਸ਼ਵਰ ਦੀ ਵਡਿਆਈ ਕਰੋ, ਕਿਉਂਕਿ ਅਸੀਂ ਆਪਣੇ ਆਪ ਦੇ ਨਹੀਂ ਆ, ਅਸੀਂ ਮੁੱਲ ਲਏ ਹੋਏ ਆ, ਅਸੀਂ ਪਰਮੇਸ਼ਵਰ ਦੇ ਪੁੱਤਰ ਦੇ ਲਹੂ ਦੇ ਨਾਲ ਮੁੱਲ ਖਰੀਦੇ ਹੋਏ ਆ, ਸਾਡੀ ਕੀਮਤ ਅਦਾ ਕੀਤੀ ਗਈ ਆ। ਪਰ ਅਸੀਂ ਕਿੱਦਾਂ ਆਪਣੇ ਸਰੀਰ ਦੇ ਦੁਆਰਾ ਪਰਮੇਸ਼ਵਰ ਦੀ ਵਡਿਆਈ ਕਰਨੀ ਆ, ਦੇਹੀ ਨਾਲ ਕਿੱਦਾਂ ਵਡਿਆਈ ਕਰਨੀ ਆ? ਇਹ ਦੇਹੀ ਜੇ ਕੋਈ ਇਸ ਦੇਹੀ ਨੂੰ ਚੋਰੀ ਕਰਦਾ ਫੜੇ, ਪਰਮੇਸ਼ਵਰ ਦੀ ਵਡਿਆਈ ਹੋਊਗੀ? ਨਹੀਂ। ਜੇ ਇਸ ਦੇਹੀ ਨੂੰ ਕੋਈ ਵਿਭਚਾਰ ਕਰਦਾ ਦੇਖੇ ਤੇ ਪਰਮੇਸ਼ਵਰ ਦੀ ਵਡਿਆਈ ਹੋਊਗੀ? ਨਹੀਂ। ਜੇ ਇਸ ਦੇਹੀ ਨੂੰ ਕੋਈ ਸ਼ਰਾਬ ਪੀਂਦਿਆਂ ਦੇਖੇ ਤਾਂ ਪਰਮੇਸ਼ਵਰ ਦੀ ਵਡਿਆਈ ਹੋਊਗੀ? ਨਸ਼ਾ ਕਰਦਿਆਂ ਪਰਮੇਸ਼ਵਰ ਦੀ ਵਡਿਆਈ ਹੋਊਗੀ? ਨਹੀਂ। ਤਾਂ ਅਸੀਂ ਇਹਨਾਂ ਸਾਰੇ ਕੰਮਾਂ ਤੋਂ ਅਗਰ ਆਪਣੀ ਦੇਹੀ ਨੂੰ ਬਚਾਉਂਦੇ ਹਾਂ, ਪਰ ਇਸ ਦੇਹੀ ਨੂੰ ਅਸੀਂ ਕਿਸੇ ਦੀ ਮਦਦ ਲਈ ਇਸਤੇਮਾਲ ਕਰੀਏ, ਸਾਨੂੰ ਕੋਈ ਇਸ ਸਰੀਰ ਦੇ ਨਾਲ ਕਿਸੇ ਦੀ ਮਦਦ ਕਰਦਿਆਂ ਦੇਖੇ, ਸਾਡੇ ਪਰਮੇਸ਼ਵਰ ਦੀ ਵਡਿਆਈ ਹੋਊਗੀ ਕਿ ਨਹੀਂ? ਅਸੀਂ ਇਸ ਦੇਹੀ ਦੇ ਨਾਲ ਗਾ ਕੇ ਪਰਮੇਸ਼ਵਰ ਦੀ ਆਰਾਧਨਾ ਕਰੀਏ, ਪਰਮੇਸ਼ਵਰ ਦੀ ਵਡਿਆਈ ਹੈ ਕਿ ਨਹੀਂ? ਤਾਂ ਅਸੀਂ ਇਸ ਦੇਹੀ ਦੇ ਨਾਲ ਬਹੁਤ ਵੱਖ ਵੱਖ ਤਰੀਕਿਆਂ ਦੇ ਨਾਲ ਪਰਮੇਸ਼ਵਰ ਦੀ ਵਡਿਆਈ ਕਰ ਸਕਦੇ ਹਾਂ। ਸਿਰਫ ਦੇਹੀ ਦੇ ਨਾਲ ਹੀ ਪਰਮੇਸ਼ਵਰ ਦੀ ਵਡਿਆਈ ਵੀ ਅਸੀਂ ਬਹੁਤ ਅਲੱਗ ਅਲੱਗ ਤਰੀਕਿਆਂ ਦੇ ਨਾਲ ਕਰ ਸਕਦੇ ਹਾਂ। ਤੁਸੀਂ ਮੰਨ ਲਓ ਤੁਸੀਂ ਕੋਈ ਕਾਰੀਗਰ ਹੋ, ਤੁਸੀਂ ਕਿਸੇ ਨੂੰ ਫ੍ਰੀ ਦੇ ਵਿੱਚ ਕੋਈ ਚੀਜ਼ ਬਣਾ ਕੇ ਜਿਹੜੇ ਆ ਦੇ ਰਹੇ ਆ, ਇਹ ਤੁਹਾਡੀ ਦੇਹੀ ਆ ਜੋ ਪਰਮੇਸ਼ਵਰ ਦੀ ਵਡਿਆਈ ਕਰ ਰਹੀ ਹੈ, ਕਿਉਂਕਿ ਸਰੀਰ ਕਲਾਕਾਰ ਹੁੰਦਾ ਹੈ। ਸਰੀਰ ਦੇ ਦੁਆਰਾ ਤੁਸੀਂ ਕੰਮ ਕਰਕੇ ਕਿਸੇ ਦੀ ਸੇਵਾ ਕਰ ਰਹੇ ਹੋ, ਕਿਸੇ ਨੂੰ ਸੜਕ ਕ੍ਰੋਸ ਕਰਾ ਦਿੱਤੀ, ਕਿਸੇ ਬਜ਼ੁਰਗ ਦੀਆਂ ਲੱਤਾਂ ਘੁੱਟ ਦਿੱਤੀਆਂ, ਕਿਸੇ ਦੇ ਸਿਰ 'ਚ ਤੇਲ ਚਸ ਦਿੱਤਾ, ਕਿਸੇ ਦੇ ਲਾਗੇ ਬੈਠ ਕੇ ਦੁੱਖ ਸੁੱਖ ਸੁਣ ਲਿਆ, ਇਹ ਸਭ ਪਰਮੇਸ਼ਵਰ ਦੀ ਵਡਿਆਈ ਕਰਨ ਵਾਲੇ ਹੀ ਕੰਮ ਆ। ਤਾਂ ਅਸੀਂ ਦੇਹੀ ਦੇ ਨਾਲ ਵੀ ਪਰਮੇਸ਼ਵਰ ਦੀ ਵਡਿਆਈ ਕਰਨੀ ਆ, ਕਿਉਂਕਿ ਅਸੀਂ ਆਪਣੇ ਆਪ ਦੇ ਨਹੀਂ ਪਰ ਅਸੀਂ ਪਰਮੇਸ਼ਵਰ ਦੇ ਆ। ਪਰ ਜੇ ਇਸ ਦੇਹੀ ਨੂੰ ਸਿਰਫ ਚੁਗਲੀਆਂ ਲਈ ਇਸਤੇਮਾਲ ਕਰਨਾ ਆ, ਸਿਰਫ ਸਾਜੋ ਸ਼ਿੰਗਾਰ ਦੇ ਲਈ ਇਸਤੇਮਾਲ ਕਰਨਾ, ਤੇ ਸਾਜੋ ਸ਼ਿੰਗਾਰ ਇਸ ਲਈ ਕਰਨਾ ਕਿ ਲੋਕੀ ਸਾਡੇ ਵੱਲ ਦੇਖ ਕੇ ਭਰਮਾਏ ਜਾਣ ਔਰ ਉਹਨਾਂ ਦੇ ਮਨ ਵਿਗੜ ਜਾਣ, ਉਹਨਾਂ ਦੀਆਂ ਸੋਚਾਂ ਖਰਾਬ ਹੋ ਜਾਣ, ਫਿਰ ਇਹ ਦੇਹੀ ਕਿਸੇ ਕੰਮ ਦੀ ਨਹੀਂ, ਫਿਰ ਇਸ 'ਚ ਕੋਈ ਪਰਮੇਸ਼ਵਰ ਦੀ ਮਹਿਮਾ ਨਹੀਂ। ਜੇ ਤੁਹਾਨੂੰ ਪਰਮੇਸ਼ਵਰ ਨੇ ਬਿਊਟੀ ਦਿੱਤੀ ਆ, ਤੁਹਾਨੂੰ ਬਹੁਤ ਖੂਬਸੂਰਤ ਬਣਾਇਆ ਆ, ਪਰ ਤੁਸੀਂ ਖੂਬਸੂਰਤੀ ਦਾ ਇਸਤੇਮਾਲ ਪਾਪ ਨੂੰ ਵਧਾਉਣ ਦੇ ਲਈ ਕਰ ਰਹੇ ਆ, ਤਾਂ ਫਿਰ ਇਹ ਦੇਹੀ ਜਿਹੜੀ ਆ ਕਿਸੇ ਕੰਮ ਦੀ ਨਹੀਂ ਆ। ਸੋ ਇੱਕ ਹੋਰ ਆਇਤ ਪੜਾਂਗੇ, ਪਹਿਲਾ ਕੁਰੰਥੀਆਂ ਉਹਦਾ 15 ਨੰਬਰ ਅਧਿਆਏ ਤੇ ਉਹਦੀ 44 ਨੰਬਰ ਪੰਕਤੀ, ਕਹਿੰਦਾ ਉਹ ਪ੍ਰਾਣਕ ਸਰੀਰ ਹੋ ਕੇ ਬੀਜਿਆ ਜਾਂਦਾ ਹੈ
ਪਰ ਉਹ ਆਤਮਕ ਸਰੀਰ ਹੋ ਕੇ ਜੀ ਉੱਠਦਾ ਹੈ। ਜੇ ਪ੍ਰਾਣਕ ਸਰੀਰ ਹੈ ਤਾਂ ਆਤਮਕ ਸਰੀਰ ਵੀ ਹੈ। ਸੋ ਬਾਈਬਲ ਸਾਨੂੰ ਦੱਸਦਾ ਆ ਕਿ ਜੇ ਆ ਸਰੀਰ ਆ ਫਿਜ਼ੀਕਲ ਬਾਡੀ ਆ ਤਾਂ ਸਪਿਰਚੁਅਲ ਬਾਡੀ ਵੀ ਆ, ਆਤਮਕ ਸਰੀਰ ਵੀ ਆ। ਪ੍ਰਾਣਕ ਹੋ ਕੇ ਬੀਜਿਆ ਜਾਂਦਾ ਪਰ ਆਤਮਕ ਹੋ ਕੇ ਜੀ ਉੱਠਦਾ ਆ। ਸੋ ਇਹਦੇ ਬਹੁਤ ਤਰ੍ਹਾਂ ਦੇ ਤਰਜਮੇ ਆ, ਜਿਨ੍ਹਾਂ ਚੋਂ ਇੱਕ ਤਰਜਮਾ ਆਪਾਂ ਇਦਾਂ ਕਹਿ ਸਕਦੇ, ਜਦੋਂ ਬੇਬੀ ਕਨਸੀਵ ਹੁੰਦਾ ਆ, ਜਦੋਂ ਕੁੱਖ ਵਿੱਚ ਆਉਂਦਾ ਆ, ਉਦੋਂ ਉਹਦੇ ਅੰਦਰ ਸਪਿਰਿਟ ਨਹੀਂ ਆ। ਇਨ ਦਾ ਬਿਗਨਿੰਗ, ਸਟਾਰਟਿੰਗ ਦੇ ਟਾਈਮ ਦੇ ਵਿੱਚ, ਪਰ ਬਾਅਦ ਵਿੱਚ ਜਿਵੇਂ ਜਿਵੇਂ ਉਹ ਵੱਧਦਾ ਆ, ਸੰਸਾਰ ਵਿੱਚ ਵੱਧਦਾ ਆ, ਗੱਲਾਂ 'ਚ ਵੱਧਦਾ ਆ, ਸਿੱਖਿਆ 'ਚ ਵੱਧਦਾ ਆ, ਤਾਂ ਕੀ ਆ ਉਹ ਆਤਮਕ ਵੀ ਹੁੰਦਾ ਜਾਂਦਾ ਆ। ਪਰ ਪਹਿਲਾਂ ਤਾਂ ਸਿਰਫ ਉਹ ਇੱਕ ਬਾਡੀ ਆ, ਉਹਨੂੰ ਕੁਛ ਵੀ ਨਹੀਂ ਪਤਾ, ਭਲੇ ਦਾ ਬੁਰੇ ਦਾ ਉਹਨੂੰ ਕਿਸੇ ਚੀਜ਼ ਦਾ ਨਹੀਂ ਪਤਾ, ਪਰ ਉਹਦੇ ਬਾਅਦ 'ਚ ਉਹਨੂੰ ਪਤਾ ਲੱਗਣ ਲੱਗ ਜਾਂਦਾ ਹੈ। ਸੋ ਇਸੇ ਤਰ੍ਹਾਂ ਦੇ ਨਾਲ ਬਹੁਤ ਇਹਦੇ ਡਿਫਰੈਂਟ ਡਿਫਰੈਂਟ ਤਰਜਮੇ ਆ, ਪਰ ਅੱਜ ਅਸੀਂ ਇਹਦੇ 'ਚੋਂ ਇਸ ਚੀਜ਼ ਨੂੰ ਚੱਕਦੇ ਹਾਂ ਕਿ ਜੇ ਪ੍ਰਾਣਕ ਸਰੀਰ ਆ ਤਾਂ ਆਤਮਕ ਸਰੀਰ ਵੀ ਆ। ਇਹ ਜੇ ਸਾਡੀ ਇਹ ਬਾਡੀ ਆ, ਇਹਦੇ ਅੰਦਰ ਹੀ ਸਾਡਾ ਆਤਮਕ ਸਰੀਰ ਆ। ਆਤਮਕ ਸਰੀਰ ਇਸ ਤੋਂ ਕਿਤੇ ਵੱਖ ਨਹੀਂ ਲੱਭਣ ਜਾਣਾ, ਇਹਦੇ ਅੰਦਰ ਹੀ ਆ। ਤੁਹਾਡੀ ਬਾਡੀ ਇੱਥੇ ਬੈਠੀ ਆ, ਪਰ ਸਿੱਖ ਕੌਣ ਰਿਹਾ ਆ? ਤੁਹਾਡਾ ਆਤਮਾ। ਬਾਡੀ ਨਹੀਂ ਸਿੱਖ ਦੀ, ਆਤਮਾ ਸਿੱਖ ਰਿਹਾ ਆ, ਕਿਉਂਕਿ ਇਹ ਆਤਮਾ ਦੀਆਂ ਗੱਲਾਂ ਆ। ਵਚਨ ਵਿੱਚ ਲਿਖਿਆ ਜਿਹੜਾ ਆਤਮਾ ਤੋਂ ਆ ਉਹ ਆਤਮਾ ਨੂੰ ਸੁਣਦਾ ਆ, ਤੇ ਜਿਹੜਾ ਸੰਸਾਰ ਤੋਂ ਉਹ ਸੰਸਾਰ ਨੂੰ ਸੁਣਦਾ ਆ। ਤੁਸੀਂ ਆਤਮਾ ਤੋਂ ਹੋ, ਇਸ ਲਈ ਤੁਸੀਂ ਪਰਮਾਤਮਾ ਦੀਆਂ ਗੱਲਾਂ ਨੂੰ ਸੁਣਨ ਲਈ ਆਏ ਹੋ। ਪਰਮਾਤਮਾ ਦਾ ਕੀ ਮਤਲਬ ਆ? ਹੋਲੀ ਸਪਿਰਿਟ, ਪਵਿੱਤਰ ਆਤਮਾ। ਪਰਮ ਦਾ ਕੀ ਮਤਲਬ ਆ? ਪਵਿੱਤਰ, ਤੇ ਆਤਮਾ ਦਾ ਮਤਲਬ ਰੂਹ, ਸਪਿਰਿਟ। ਤਾਂ ਤੁਸੀਂ ਪਰਮਾਤਮਾ ਦੀਆਂ ਗੱਲਾਂ ਨੂੰ ਸੁਣਨ ਵਾਸਤੇ ਆਏ ਹੋ, ਪਵਿੱਤਰ ਆਤਮਾ ਦੀਆਂ ਗੱਲਾਂ ਨੂੰ ਸੁਣਨ ਵਾਸਤੇ ਆਏ ਹੋ, ਔਰ ਤੁਸੀਂ ਸੁਣ ਰਹੇ ਹੋ। ਕਿਉਂ? ਕਿਉਂਕਿ ਤੁਸੀਂ ਆਤਮਾ ਤੋਂ ਹੋ। ਤੁਹਾਡੇ ਸਰੀਰ ਦੇ ਅੰਦਰ ਇੱਕ ਹੋਰ ਸਰੀਰ ਆ, ਉਹ ਕਿਹੜਾ ਆ? ਆਤਮਕ ਸਰੀਰ। ਔਰ ਅਸੀਂ ਆਤਮਕ ਸਰੀਰ ਵੱਲ ਵੀ ਬਹੁਤ ਗੌਰ ਕਰਨਾ ਆ, ਆਤਮਕ ਸਰੀਰ ਦਾ ਵੀ ਅਸੀਂ ਬਹੁਤ ਜ਼ਿਆਦਾ ਧਿਆਨ ਰੱਖਣਾ ਆ। ਕਿਉਂ? ਆਓ ਆਪਾਂ ਦੇਖਦੇ ਹਾਂ ਯੋਹੰਨਾ ਦੀ ਕਿਤਾਬ, ਉਹਦਾ 4 ਨੰਬਰ ਅਧਿਆਇ, ਉਹਦੀ 24 ਨੰਬਰ ਪੰਕਤੀ ਦੇ ਵਿੱਚ ਕਹਿੰਦਾ ਪਰਮੇਸ਼ਵਰ ਆਤਮਾ ਹੈ। ਪਰਮੇਸ਼ਵਰ ਕੀ ਆ? ਆਤਮਾ, ਉਹ ਸਪਿਰਿਟ ਆ। ਪਰਮੇਸ਼ਵਰ ਆਤਮਾ ਹੈ ਅਤੇ ਜੋ ਉਹਦੀ ਭਗਤੀ ਕਰਦੇ ਹਨ ਉਹਨਾਂ ਨੂੰ ਚਾਹੀਦਾ ਹੈ ਭਈ ਉਹ ਆਤਮਾ ਅਤੇ ਸਚਾਈ ਨਾਲ ਭਗਤੀ ਕਰਨ। ਜਿਹੜੇ ਪਰਮੇਸ਼ਵਰ ਦੀ ਭਗਤੀ ਕਰਦੇ ਆ ਉਹਨਾਂ ਨੂੰ ਕਿੱਦਾਂ ਭਗਤੀ ਕਰਨੀ ਚਾਹੀਦੀ ਆ? ਆਤਮਾ ਨਾਲ ਤੇ ਸੱਚਾਈ ਦੇ ਨਾਲ, ਕਿਉਂਕਿ ਸੱਚਾਈ ਵੀ ਸਰੀਰਕ ਨਹੀਂ ਆ ਪਰ ਆਤਮਕ ਆ। ਇਹ ਇੱਕ ਆਤਮਕ ਐਕਟੀਵਿਟੀ ਆ ਜਿਹੜੀ ਸੱਚਾਈ ਆ। ਜੇ ਮੰਨ ਲਓ ਆਪਾਂ ਇੱਥੇ ਆ ਤੇ ਆਪਾਂ ਗੀਤ ਗਾ
ਰਹੇ ਹਾਂ ਜਾਂ ਆਪਾਂ ਤਾੜੀਆਂ ਵਜਾ ਰਹੇ ਹਾਂ, ਆਪਾਂ ਨੱਚ ਰਹੇ ਹਾਂ ਜਾਂ ਆਪਾਂ ਬੈਠੇ ਹੋਏ ਹਾਂ, ਪਰ ਸਾਡਾ ਮਨ ਜਿਹੜਾ ਆ ਉਹ ਘਰੇ ਗਿਆ ਆ, ਬਾਜ਼ਾਰ ਵਿੱਚ ਗਿਆ ਆ, ਧੀ ਪੁੱਤ ਨੂੰ ਮਿਲਣ ਵਾਸਤੇ ਗਿਆ ਆ। ਇਹਦਾ ਮਤਲਬ ਆਤਮਾ ਇੱਥੇ ਨਹੀਂ ਆ, ਸਰੀਰ ਹੀ ਆ। ਇੱਥੇ ਦੋ ਬੋਡੀਜ਼ ਹੋ ਗਈਆਂ ਨਾ, ਸਰੀਰ ਇੱਥੇ ਬੈਠਾ ਆ ਤੇ ਆਤਮਾ ਟਰੈਵਲ ਕਰ ਰਿਹਾ ਕਿਤੇ ਹੋਰ ਗਿਆ ਆ। ਪਰ ਪਰਮੇਸ਼ਵਰ ਦਾ ਵਚਨ ਸਾਨੂੰ ਕੀ ਕਹਿੰਦਾ? ਪਰਮੇਸ਼ਵਰ ਆਤਮਾ ਆ, ਤੇ ਜੋ ਕੋਈ ਉਹਦੀ ਭਗਤੀ ਕਰਦਾ ਉਹ ਕਿੱਦਾਂ ਕਰੇ? ਆਤਮਾ ਨਾਲ ਅਤੇ ਸੱਚਾਈ ਦੇ ਨਾਲ। ਸੋ ਤੁਸੀਂ ਜਦੋਂ ਪਰਮੇਸ਼ਵਰ ਦੀ ਭਗਤੀ ਕਰਦੇ ਆ, ਪਰਮੇਸ਼ਵਰ ਦੀ ਆਰਾਧਨਾ ਕਰਦੇ ਆ, ਤੁਹਾਡਾ ਆਤਮਾ ਵੀ ਇੱਥੇ ਹੀ ਚਾਹੀਦਾ ਆ। ਤੁਸੀਂ ਮਾਨਸਿਕ ਤੌਰ ਤੇ ਵੀ ਹਾਜ਼ਰ ਹੋਣੇ ਚਾਹੀਦੇ ਆ। ਕਈ ਵਾਰੀ ਦੇਖੋ ਕੀ ਹੁੰਦਾ, ਭੈਣਾਂ ਇਸ ਗੱਲ ਨੂੰ ਛੇਤੀ ਅੰਡਰਸਟੈਂਡ ਕਰਨਗੀਆਂ, ਤੁਹਾਡੇ ਚੋਂ ਉੜਨਾ ਕਿੰਨਿਆਂ ਨੂੰ ਆਉਂਦਾ? ਉੜਨਾ ਆਉਂਦਾ, ਸਲਾਈਆਂ ਆਉਂਦੀਆਂ? ਓਕੇ, ਹਾਏ ਇੰਨੇ ਥੋੜੇ ਜਾਣਿਆਂ ਨੂੰ ਆਉਂਦਾ, ਮੈਨੂੰ ਵੀ ਆਉਂਦਾ ਆ। ਗਾਇਬ ਹੁੰਦਾ ਜਾਂਦਾ ਨਾ ਆਰਟ, ਹੱਥਾਂ ਵਾਲਾ, ਮਸ਼ੀਨਾਂ ਵਾਲਾ ਸ਼ੁਰੂ ਹੋ ਗਿਆ ਅਸਲ ਦੇ ਵਿੱਚ। ਓਕੇ, ਜਿਨ੍ਹਾਂ ਨੂੰ ਬੁਣਨਾ ਆਉਂਦਾ ਆ ਉਹ ਜਦੋਂ ਬਹੁਤ ਐਕਸਪਰਟ ਹੋ ਜਾਂਦੇ, ਤੁਹਾਨੂੰ ਪਤਾ ਉਹ ਸਲਾਈਆਂ ਵੱਲ ਨਹੀਂ ਦੇਖਦੇ, ਉਹ ਗੱਲਾਂ ਕਰਨ ਡਈਆਂ ਹੋਣੀਆਂ ਭਾਵੇਂ ਚੁਗਲੀਆਂ, ਠੀਕ ਹੈ, ਪਰ ਉਹਨਾਂ ਦਾ ਕੁੰਡਾ ਨਹੀਂ ਮਿਸ ਹੋਣਾ, ਕੁੰਡੇ ਉਨੇ ਹੀ ਚੜ੍ਹਨੇ ਆ ਸਲਾਈ ਤੇ, ਬੁਣਦੀ ਨਹੀਂ ਗਲਤ ਹੋਣੀ, ਉਹਨਾਂ ਨੇ ਉਣੀ ਜਾਣਾ ਹੈ, ਉਣੀ ਜਾਣਾ, ਭਾਵੇਂ ਸ਼ੋਲ ਉਣ ਦੇਣ, ਸਵੈਟਰ ਛੱਡੋ ਤੇ ਛੋਟਾ ਆ, ਪਰ ਉਹਨਾਂ ਉਹਨਾਂ ਦਾ ਤਜਰਬਾ ਹੋ ਗਿਆ ਫਿਜ਼ੀਕਲੀ, ਉਹਨਾਂ ਨੂੰ ਜਾਚ ਆ ਗਈ ਆ। ਇਹਦਾ ਮਤਲਬ ਇਹ ਨਹੀਂ ਆ ਕਿ ਉਹ ਮਨ ਨਾਲ ਉਣ ਰਹੀਆਂ ਆ, ਨਹੀਂ, ਉਹ ਉਹਨਾਂ ਨੂੰ ਜਾਚ ਆ ਗਈ, ਹੱਥ ਜਿਹੜਾ ਆ ਉਹ ਚੱਲੀ ਜਾ ਰਿਹਾ, ਹੱਥ ਨੂੰ ਆਦਤ ਪੈ ਗਈ ਚੱਲਣ ਦੀ, ਪਰ ਉਹਨਾਂ ਦਾ ਮਨ ਕੈਨੇਡਾ ਵੀ ਹੋ ਸਕਦਾ, ਅਮਰੀਕਾ ਵੀ ਹੋ ਸਕਦਾ, ਗੁਆਂਢੀਆਂ ਦੇ ਘਰ ਵੀ ਹੋ ਸਕਦਾ, ਪਰ ਇਹ ਉਹ ਮਨ ਨਾਲ ਨਹੀਂ ਕਰ ਰਹੀਆਂ, ਆਤਮਾ ਨਾਲ ਨਹੀਂ ਕਰ ਰਹੀਆਂ, ਇਹ ਸਿਰਫ ਸਰੀਰ ਕੰਮ ਕਰ ਰਿਹਾ ਆ। ਸਰੀਰ ਨੂੰ ਬਹੁਤ ਚੀਜ਼ਾਂ ਆਪਣੇ ਆਪ ਹੀ ਜਾਚ ਆ ਜਾਂਦੀ ਆ ਜਦੋਂ ਜ਼ਿਆਦੀ ਵਾਰੀ ਪ੍ਰੈਕਟਿਸ ਕਰਦਾ ਆ। ਜਿਹੜਾ ਬੰਦਾ ਰੋਜ਼ ਇੱਕੋ ਥਾਂ ਥਾਣੀ ਲੰਘਦਾ ਆ, ਜੇ ਕਿਤੇ ਉਹ ਬਲਾਈਂਡ ਹੋ ਜਾਵੇ, ਅੰਨਾ ਹੋ ਜਾਵੇ, ਤੁਹਾਨੂੰ ਪਤਾ ਉਹ ਤਦ ਵੀ ਕਿਸੇ ਚੀਜ਼ ਵਿੱਚ ਨਹੀਂ ਵੱਜੂਗਾ, ਕਿਉਂਕਿ ਉਹਨੂੰ ਪਤਾ ਲੱਗ ਗਿਆ ਕਿ ਮੇਰੇ ਘਰ ਦੀਆਂ ਪੌੜੀਆਂ ਇੰਨੀਆਂ ਆ, ਇਸ ਹੱਥ ਬਾਥਰੂਮ ਆ, ਇਸ ਹੱਥ ਕਿਚਨ ਆ, ਗੇਟ ਇੱਥੇ ਕਿਆ, ਉਹਨੇ ਹਨੇਰੇ ਵਿੱਚ ਦੇਖੋ ਜਦੋਂ ਬੱਤੀ ਚਲੇ ਜਾਂਦੀ ਆ, ਤੁਸੀਂ ਬੂਹਾ ਦੂਜੀ ਕੰਧ ਦੇ ਵਿੱਚ ਨਹੀਂ ਲੱਭਦੇ, ਜਿੱਧਰ ਨੂੰ ਬੂਹਾ ਤੁਸੀਂ ਉੱਥੇ ਹੀ ਜਾਂਦੇ ਹੋ, ਜਾਂਦੇ ਕਿ ਨਹੀਂ? ਕਿਉਂ? ਕਿਉਂਕਿ ਤੁਹਾਨੂੰ ਅਭਿਆਸ ਹੋ ਗਿਆ, ਤੁਹਾਨੂੰ ਰੋਜ਼ ਰੋਜ਼ ਉਹ ਕਰਕੇ ਤੁਹਾਨੂੰ ਜਾਚ ਆ ਗਈ ਆ। ਤੁਸੀਂ ਪੰਜਾਬੀ ਲਿਖਣੀ ਆਉਂਦੀ, ਤੁਹਾਨੂੰ ਅੰਗਰੇਜ਼ੀ ਲਿਖਣੀ ਆਉਂਦੀ, ਜ਼ਰੂਰੀ ਨਹੀਂ ਤੁਸੀਂ ਦੇਖ ਕੇ ਲਿਖਣੀ, ਪੈਨ ਫੜਾਓ, ਅੱਖਾਂ ਬੰਦ ਕਰਕੇ ਵੀ ਤੁਸੀਂ ਲਿਖ ਦੇਣੀ ਆ, ਕਿਉਂਕਿ ਤੁਹਾਨੂੰ ਜਾਚ ਆ ਗਈ। ਬਹੁਤ ਸਾਰੇ ਲੋਕਾਂ ਨੂੰ ਉਹਨਾਂ ਦੇ ਸਰੀਰਾਂ ਨੂੰ, ਆਤਮਾ ਨੂੰ ਨਹੀਂ, ਉਹਨਾਂ ਦੇ ਸਰੀਰਾਂ ਨੂੰ ਚਰਚ ਵਿੱਚ ਆਰਾਧਨਾ ਕਰਨ ਦੀ ਜਾਚ ਆ ਗਈ, ਇਸ ਲਈ ਤਾਲ ਉੱਤੇ ਉਹਨਾਂ ਦੀ ਅੱਡੀ ਥੜਕਣ ਲੱਗ ਜਾਂਦੀ ਆ, ਇਸ ਲਈ ਹੱਥ ਤਾੜੀਆਂ ਮਾਰਨ ਲੱਗ ਜਾਂਦੇ ਆ, ਇਸ ਲਈ ਭੰਗੜੇ ਪੈਣ ਲੱਗ ਜਾਂਦੇ, ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਆਤਮਾ ਤੇ ਸੱਚਾਈ ਨਾਲ ਆਰਾਧਨਾ ਕਰ ਰਹੇ ਆ। ਆਦਤ ਪੈ ਚੁੱਕੀ ਆ, ਤਾੜੀਆਂ ਤਾਂ
ਵੱਜੀ ਜਾ ਰਹੀਆਂ ਢੋਲਕੀ ਦੀ ਤਾਨ ਉੱਤੇ, ਤਬਲੇ ਦੀ ਤਾਨ ਉੱਤੇ, ਹਰਮੋਨੀਅਮ ਦੀ ਸੁਰ ਦੇ ਉੱਤੇ ਮਨ ਤਾਂ ਗਿਆ ਸੈਰ ਸਪਾਟੇ ਕਰਨ, ਆਤਮਾ ਤੇ ਉੱਥੇ ਹੈ ਹੀ ਨਹੀਂ। ਔਰ ਤੁਸੀਂ ਮੀਟਿੰਗ ਖਤਮ ਹੋਣ ਦੇ ਬਾਅਦ ਅਗਰ ਮੈਂ ਤੁਹਾਨੂੰ ਇਕੱਲੇ ਇਕੱਲੇ ਨੂੰ ਪੁੱਛਾਂ ਅੱਜ ਕਿਹੜਾ ਕਿਹੜਾ ਗੀਤ ਗਾਇਆ ਗਿਆ, ਤੁਹਾਨੂੰ ਕਿਸੇ ਨੂੰ ਸਾਰੇ ਗੀਤ ਨਹੀਂ ਯਾਦ, ਕਿਸੇ ਨੂੰ ਨਹੀਂ ਸਾਰੇ ਗੀਤ ਯਾਦ ਕਿ ਕਿਹੜੇ ਕਿਹੜੇ ਗਾਏ ਗਏ ਸੀ, ਕਿਉਂਕਿ ਤੁਸੀਂ ਇੱਥੇ ਫੁੱਲੀ ਪ੍ਰੈਜ਼ੈਂਟ ਨਹੀਂ ਸੀ। ਅਗਰ ਤੁਹਾਨੂੰ ਪੁੱਛਾਂ ਅੱਜ ਕਿੰਨੀਆਂ ਟੈਸਟੀਮਨੀਜ਼ ਹੋਈਆਂ, ਤੁਹਾਨੂੰ ਨਹੀਂ ਯਾਦ, ਕਿਉਂ? ਕਿਉਂਕਿ ਤੁਸੀਂ ਐਬਸੈਂਟ ਮਾਈਂਡ ਸੀ। ਤੁਹਾਨੂੰ ਵਚਨ ਵੀ ਪੁੱਛਿਆ ਜਾਵੇ ਤਾਂ ਅੱਧ ਤੋਂ ਜ਼ਿਆਦਾ ਭੁੱਲਿਆ ਹੋਇਆ ਹੋਏਗਾ, ਕਿਉਂਕਿ ਤੁਸੀਂ ਪ੍ਰੈਜ਼ੈਂਟ ਨਹੀਂ ਹੋ। ਦਾਸ ਦਾ ਮੇਨ ਰੀਜ਼ਨ ਕਿ ਤੁਹਾਨੂੰ ਭੁੱਲ ਜਾਂਦਾ ਆ ਚਰਚ ਵਿੱਚ ਕੀ ਦੱਸਿਆ ਗਿਆ ਸੀ, ਕਿਉਂਕਿ ਤੁਸੀਂ ਤਾਂ ਸਪਿਰਿਟ ਦੇ ਵਿੱਚ ਟਰੈਵਲ ਹੀ ਬਹੁਤ ਕਰਦੇ ਆ, ਤੁਹਾਡਾ ਆਤਮਕ ਸਫ਼ਰ ਹੀ ਨਹੀਂ ਖਤਮ ਹੁੰਦਾ। ਸਰੀਰ ਚਰਚ ਵਿੱਚ ਪਹੁੰਚ ਗਿਆ, ਆਤਮਾ ਜਾਂ ਤਾਂ ਪਿੱਛੇ ਰਹਿ ਗਿਆ ਜਾਂ ਅੱਗੇ ਲੰਘ ਗਿਆ, ਉਹ ਤਾਂ ਤੁਹਾਡੇ ਨਾਲ ਆਇਆ ਹੀ ਨਹੀਂ। ਆਇਆ ਸੀ ਤਾਂ ਤੁਹਾਨੂੰ ਬਿਠਾ ਕੇ ਚੱਲਿਆ ਗਿਆ ਕਿ ਤੂੰ ਬੈਠ, ਮੈਂ ਚੱਲਿਆ, ਮੈਂ ਜਰਾ ਮਾਲ ਡੰਗਰ ਨੂੰ ਦੇਖ ਆਵਾਂ, ਤੂੰ ਇੱਥੇ ਬੈਠ, ਮੈਂ ਜਰਾ ਮਾਸੀ ਦਿਓ ਹੋ ਆਵਾਂ, ਚਾਚੇ ਦਿਓ ਹੋ ਆਵਾਂ, ਤੂੰ ਇੱਥੇ ਬੈਠ। ਤਾਂ ਆਤਮਾ ਤੁਹਾਨੂੰ ਇੱਥੇ ਬਿਠਾ ਕੇ ਚੱਲਿਆ ਗਿਆ ਤੇ ਤੁਹਾਨੂੰ ਲੱਗਦਾ ਕਿ ਅਸੀਂ ਚਰਚ ਵਿੱਚ ਹਾਂ। ਕਿਉਂ ਹੀਲਿੰਗ ਪ੍ਰੇਅਰ ਤੁਹਾਡੇ ਉੱਤੇ ਵਰਕ ਨਹੀਂ ਕਰਦੀ? ਕੋਈ ਇਨਸਾਨ ਆਉਂਦਾ ਇੱਕ ਵਾਰੀ ਵਿੱਚ ਕੀਤੀ ਹੋਈ ਪ੍ਰਾਰਥਨਾ ਇੱਦਾਂ ਹੀ ਉਹਦੇ ਜੀਵਨ ਦੇ ਵਿੱਚ ਗਵਾਹੀ ਬਣਾਉਂਦੇ ਨਹੀਂ। ਕਿਉਂ? ਕਿਉਂਕਿ ਉਹ ਰੂਹ ਦੇ ਨਾਲ ਇੱਥੇ ਹਾਜ਼ਰ ਆ, ਜਿਸਮ ਦੇ ਨਾਲ ਇੱਥੇ ਹਾਜ਼ਰ ਆ, ਔਰ ਪੂਰੀ ਸੱਚਾਈ ਦੇ ਨਾਲ ਇੱਥੇ ਹਾਜ਼ਰ ਆ ਤੇ ਉਹਦੇ ਜੀਵਨ 'ਚ ਕੰਮ ਹੋ ਜਾਂਦਾ, ਉਹ ਆਪਣੀ ਹੀਲਿੰਗ ਨੂੰ ਰਿਸੀਵ ਕਰਦਾ ਆ, ਉਹ ਜੋ ਵਰਡ ਸੁਣਦਾ ਉਹਨੂੰ ਆਤਮਾ ਤੱਕ ਲੈ ਕੇ ਜਾਂਦਾ। ਪਰ ਬਹੁਤ ਸਾਰੇ ਆ ਕੰਨਾਂ ਦੇ ਦੋ ਛੇਕ ਆ, ਇੱਧਰੋਂ ਦੀ ਬੜਿਆ ਤੇ ਦੂਜੇ ਥਾਣੀ ਨਿਕਲ ਗਿਆ, ਉਹ ਅੰਦਰ ਤੱਕ ਲੈ ਕੇ ਹੀ ਨਹੀਂ ਗਏ, ਕਿਉਂਕਿ ਉਹਨਾਂ ਦਾ ਇੱਕ ਜਿਸਮ ਇੱਥੇ ਸੀ, ਦੂਜਾ ਗਾਇਬ ਸੀ। ਇਸ ਲਈ ਉਹ ਬਾਰ 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 ਆ ਰਹੇ ਆ, ਕੁਛ ਹੋ ਹੀ ਨਹੀਂ ਰਿਹਾ। ਔਰ ਫਿਰ ਬਾਅਦ ਦੇ ਵਿੱਚ ਜਿੱਦਣ ਆਤਮਾ ਉਹਨਾਂ ਦੇ ਅੰਦਰ ਆਉਂਦਾ ਤੇ ਇੱਕਦਮ ਉਹਨਾਂ ਨੂੰ ਕਰੰਟ ਲੱਗਦਾ, ਜਾਗਦੇ ਤੇ ਕਹਿੰਦੇ ਅੱਛਾ ਇੰਨੇ ਸਾਲਾਂ ਤੋਂ ਜਾ ਰਹੇ, ਸਾਡਾ ਕੁਛ ਬਣਿਆ ਨਹੀਂ, ਇਹ ਵੀ ਝੂਠੇ। ਯਸੂ ਨੇ ਕਿਹਾ ਮੈਂ ਸੱਚ ਹਾਂ, ਝੂਠੇ ਤੁਸੀਂ ਹੋ ਜਿਹੜੇ ਇੱਥੇ ਹੋਣ ਦਾ ਦਾਅਵਾ ਕਰਦੇ ਹੋ ਪਰ ਇੱਥੇ ਹੁੰਦੇ ਹੀ ਨਹੀਂ ਹੋ। ਝੂਠਾ ਰੱਬ ਨਹੀਂ ਆ, ਝੂਠਾ ਪਰਮਾਤਮਾ ਨਹੀਂ ਆ, ਉਹੀ ਤਾਂ ਸੱਚ ਆ, ਬਾਕੀ ਤਾਂ ਸਾਰਾ ਕੁਛ ਹੀ ਝੂਠ ਆ, ਬਾਕੀ ਸਭ ਕੁਛ ਝੂਠ ਆ, ਸਿਰਫ ਉਹੀ ਸੱਚ ਆ। ਪਰ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਦੇ ਲਈ ਪਰਮੇਸ਼ਵਰ ਨੂੰ ਝੂਠਾ ਸਾਬਤ ਕਰ ਦਿੰਦੇ, ਜਦਕਿ ਸੱਚ ਤਾਂ ਇਹ ਆ ਕਿ ਤੁਸੀਂ ਝੂਠ ਹੋ, ਤੁਸੀਂ ਕਹਿ ਰਹੇ ਹੋ ਮੈਂ ਇੱਥੇ ਆ ਪਰ ਤੁਸੀਂ ਇੱਥੇ ਨਹੀਂ ਹੋ। ਜਿਹੜੇ ਇੱਥੇ ਆ ਉਹ ਤਾਂ ਚੰਗੇ ਵੀ ਹੋ ਗਏ, ਬਰਕਤ ਵੀ ਲੈ ਗਏ, ਜੁੜ ਵੀ ਗਏ, ਮੁਕਤੀ ਵੀ ਪਾ ਗਏ, ਘਰ ਸੁਧਰ ਗਏ, ਬੱਚੇ ਸੁਧਰ ਗਏ, ਉਹਨਾਂ ਦਾ ਮਨ ਸੁਧਰ ਗਿਆ, ਆਤਮਾ ਬਦਲ ਗਈਆਂ, ਪ੍ਰਾਰਥਨਾ ਕਰਨ ਵਾਲੇ ਹੋ ਗਏ, ਵਚਨ ਚੇਤੇ ਰਹਿਣ ਲੱਗ ਗਿਆ, ਫਿਰ ਤੁਹਾਨੂੰ ਕਿਉਂ ਨਹੀਂ? ਉਹ ਬੱਚੇ ਜਿਹੜੇ ਬੈਕ ਬੈਂਚਰਸ ਹੁੰਦੇ ਆ, ਜਮਾਤ ਵਿੱਚ ਪਿੱਛੇ ਬੈਠਦੇ ਤੇ ਪੇਜ਼ ਪਾੜ ਕੇ ਜਹਾਜ਼ ਬਣਾਉਂਦੇ ਰਹਿੰਦੇ ਆ, ਉਹਨਾਂ ਨੂੰ ਰੇਨੀ ਡੇ ਦਾ ਐਸੇ ਕਦੀ ਯਾਦ ਨਹੀਂ ਹੁੰਦਾ। ਕਿਉਂ? ਕਿਉਂਕਿ ਉਹਨਾਂ ਦਾ ਧਿਆਨ ਹੀ ਕਦੀ ਪੜ੍ਹਾਈ ਵਿੱਚ ਨਹੀਂ ਹੁੰਦਾ, ਉਹਨਾਂ ਨੂੰ ਕੋਈ
ਸਬਜੈਕਟ ਦੇ ਵਿੱਚ ਇੰਗਲਿਸ਼ ਦੇ ਕਿੰਨੇ ਲੈਸਨ ਆ, ਪੰਜਾਬੀ ਦੇ ਕਿੰਨੇ ਅਧਿਆਏ ਆ, ਕਿਹੜੀ ਵਿਅੰਗ ਵਾਲੀ ਕਿਤਾਬ ਆ, ਕਿਹੜੀ ਕਾਵ ਰਚਨਾ, ਉਹਨਾਂ ਨੂੰ ਕੁਛ ਨਹੀਂ ਯਾਦ ਕਿਉਂਕਿ ਉਹ ਤਾਂ ਪ੍ਰੈਜ਼ੈਂਟ ਨਹੀਂ। ਉਹ ਉਹਨਾਂ ਦਾ ਮਨ ਤਾਂ ਜਹਾਜ਼ ਬਣਾ ਕੇ ਉਡਾ ਰਿਹਾ ਆ। ਜੱਜ ਤਾਂ ਉਹ ਲੱਗਦੇ ਨਾ ਜਿਹੜਾ ਸਾਰਾ ਸਾਲ ਕਲਾਸ ਵਿੱਚ ਸਰੀਰ ਦੇ ਨਾਲ ਵੀ ਬੈਠੇ ਸੀ ਤੇ ਮਨ ਨਾਲ ਵੀ ਬੈਠੇ ਸੀ। ਤਾਂ ਅਗਰ ਤੁਸੀਂ ਵੀ ਕਿਸੇ ਅਹੁਦੇ ਤੇ, ਆਤਮਕ ਅਹੁਦੇ ਤੇ ਪਹੁੰਚਣਾ ਆ, ਸਰੀਰ ਨੂੰ ਵੀ ਲੈ ਕੇ ਬੈਠਿਆ ਕਰੋ ਤੇ ਆਤਮਾ ਨੂੰ ਵੀ ਲੈ ਕੇ ਬੈਠਿਆ ਕਰੋ, ਕਿੱਦਾਂ ਨਾ ਕੰਮ ਹੋਣਗੇ। ਮੈਂ ਕਹਿੰਦੀ ਅੱਜ ਹੀ ਕੰਮ ਹੋਣਗੇ, ਇੱਥੇ ਹੀ ਕੰਮ ਹੋਣਗੇ, ਹੁਣੇ ਹੁਣੇ ਇੱਥੇ ਤੁਹਾਡੇ ਜੀਵਨ ਵਿੱਚ, ਤੁਹਾਡੇ ਘਰਾਂ ਵਿੱਚ, ਤੁਹਾਡੇ ਬੱਚਿਆਂ ਦੇ ਜੀਵਨ ਵਿੱਚ ਕੰਮ ਹੋਣਗੇ। ਜੇ ਤੁਸੀਂ ਪੂਰੇ ਹਾਜ਼ਰ ਹੋ ਜਾਵੋ ਅੱਜ ਇੱਥੇ ਤਾਂ ਤੁਸੀਂ ਆਪਣੀ ਬਰਕਤ ਲੈ ਕੇ ਜਾਓਗੇ ਤੇ ਕੋਈ ਰੋਕ ਨਹੀਂ ਸਕੂਗਾ ਉਸ ਬਰਕਤ ਨੂੰ। ਪ੍ਰਾਰਥਨਾ ਹੋ ਰਹੀ ਹੁੰਦੀ ਹੈ, ਇੱਥੇ ਸ਼ਬਦ ਬੋਲਿਆ ਜਾ ਰਿਹਾ ਕਿ ਸਾਰੀ ਇਨਫੈਕਸ਼ਨ ਜਿਹੜੀ ਆ ਉਹ ਜਾਏ, ਬੁਖਾਰ ਵਾਲੇ ਚੰਗੇ ਹੋ ਜਾਣ। ਤੁਸੀਂ ਤੁਸੀਂ ਗਾ ਰਹੇ ਹੋ, ਨੱਚ ਰਹੇ ਹੋ, ਤੁਸੀਂ ਐਕਸ਼ਨ ਕਰ ਰਹੇ ਹੋ, ਸਭ ਠੀਕ ਆ। ਥੋੜੀ ਦੇਰ ਬਾਅਦ ਮੇਰੇ ਕੋਲ ਆਫਿਸ ਵਿੱਚ ਜਾ ਕੇ ਕਹੋਗੇ ਪਾਸਟਰ ਜੀ ਸਾਨੂੰ ਬੁਖਾਰ ਆ। ਬਾਹਰ ਪ੍ਰਾਰਥਨਾ ਨਹੀਂ ਹੋਈ, ਬੋਲਿਆ ਨਹੀਂ ਗਿਆ ਕਿ ਯਸੂ ਨਾਮ ਚ ਬੁਖਾਰ ਜਾਏ ਤਾਂ ਆਫਿਸ ਵਿੱਚ ਮੈਂ ਕਿਸੇ ਹੋਰ ਨਾਮ ਦੇ ਵਿੱਚ ਕਰਨੀ ਆ, ਯਸੂ ਨਾਮ ਚ ਕਰਨੀ ਆ ਨਾ। ਤਾਂ ਬਾਹਰ ਹੋ ਚੁੱਕੀ, ਕਿਉਂ ਨਹੀਂ ਤੁਹਾਡਾ ਮਨ ਇੱਥੇ ਸੀ? ਤੁਹਾਨੂੰ ਚੇਤਾ ਹੀ ਨਹੀਂ ਕਿ ਤੁਹਾਡੇ ਲਈ ਹੋਈ ਕਿ ਨਹੀਂ, ਕਿਉਂਕਿ ਤੁਸੀਂ ਗੈਰ ਹਾਜ਼ਰ ਸੀ। ਸਰੀਰ ਨੂੰ ਪਤਾ ਆ ਜੇ ਸਾਰੇ ਖੜੇ ਹੋਣ ਤਾਂ ਮੈਂ ਵੀ ਖੜੇ ਹੋਣਾ। ਉਹ ਇਸ ਲਈ ਨਹੀਂ ਖੜਾ ਹੋਇਆ ਕਿ ਉਹਦੇ ਆਤਮਾ ਨੇ ਉਹਨੂੰ ਖੜਾ ਕੀਤਾ, ਉਹ ਤੇ ਇਸ ਲਈ ਖੜਾ ਹੋਇਆ ਕਿ ਬਾਕੀ ਖੜੇ ਆ ਤੇ ਮੈਂ ਵੀ ਖੜਾ ਹੋਣਾ ਆ, ਕਿਉਂਕਿ ਪ੍ਰੈਜ਼ੈਂਟ ਹੀ ਸਰੀਰ ਆ ਤੇ ਸਰੀਰ ਐਕਟੀਵਿਟੀ ਕਰ ਰਿਹਾ। ਜਦ ਤੱਕ ਸਪਿਰਿਟ ਐਕਟਿਵ ਨਹੀਂ ਹੋਏਗਾ ਓਨੀ ਦੇਰ ਤੱਕ ਕੰਮ ਨਹੀਂ ਹੋਣਗੇ। ਬੈਲੈਂਸ ਕਰੋ, ਜੇ ਸਰੀਰ ਨੂੰ ਖੜੇ ਹੋਣਾ ਸਿਖਾਇਆ ਤਾਂ ਆਤਮਾ ਨੂੰ ਵੀ ਸਿਖਾਓ, ਸਰੀਰ ਨੂੰ ਨੱਚਣਾ ਸਿਖਾਇਆ ਆਤਮਾ ਦੇ ਵੀ ਗਿੱਧੇ ਪੈਣ ਦਿਓ, ਤਾੜੀਆਂ ਆਤਮਾ ਵੀ ਮਾਰੇ। ਜੇ ਸਰੀਰ ਦੇ ਕੰਨਾਂ ਦੇ ਵਿੱਚ ਆਵਾਜ਼ ਪੈ ਰਹੀ ਤਾਂ ਆਤਮਾ ਦੇ ਕੰਨਾਂ ਵਿੱਚ ਵੀ ਪੈਣ ਦਿਓ, ਤਾਂ ਜੋ ਤੁਹਾਡਾ ਕੁਛ ਹੋ ਜਾਏ, ਕੁਛ ਬਣ ਜਾਏ, ਕੋਈ ਗੱਲਬਾਤ ਪਰਮੇਸ਼ਵਰ ਦੇ ਵਚਨ ਦੀ ਤੁਹਾਡੇ ਹਿਰਦੇ ਦੇ ਅੰਦਰ ਵਸ ਜਾਏ। ਜੇ ਇਸ ਦਿਨ ਅਸੀਂ ਮੁਕੰਮਲ ਰੀਤੀ ਦੇ ਨਾਲ ਪ੍ਰੈਜ਼ੈਂਟ ਹੋਣ ਲੱਗ ਗਏ, ਤੁਸੀਂ ਹਰ ਬੁਰੀ ਆਦਤ ਨੂੰ ਛੱਡ ਸਕੋਗੇ, ਚਾਹੇ ਉਹ ਨਸ਼ਾ ਹੀ ਕਿਉਂ ਨਾ ਹੋਵੇ। ਨਸ਼ੇ ਵਾਲੇ ਨੂੰ ਲੱਗਦਾ ਨਾ ਕਿ ਨਸ਼ੇ ਤੇ ਲੱਗ ਗਿਆ ਆ, ਇਹ ਛੁੱਟਣਾ ਨਹੀਂ। ਕਿਸੇ ਨੂੰ ਖੰਡ ਛੱਡਣੀ ਔਖੀ ਹੋ ਸਕਦੀ ਆ, ਕਿਸੇ ਨੂੰ ਚਾਹ ਛੱਡਣੀ ਔਖੀ ਹੋ ਸਕਦੀ ਆ, ਮੋਬਾਈਲ ਵੀ ਇੱਕ ਨਸ਼ਾ ਆ, ਕਿਸੇ ਨੂੰ ਛੱਡਣਾ ਔਖਾ ਹੋ ਸਕਦਾ। ਪਰ ਜੇ ਤੁਸੀਂ ਫਿਜ਼ੀਕਲੀ ਐਂਡ ਸਪਿਰਚੁਅਲੀ ਤੁਸੀਂ ਇੱਕ ਬੈਲੈਂਸ ਕਰ ਲਵੋ, ਯੂ ਕੈਨ ਡੂ ਐਨੀਥਿੰਗ, ਤੁਸੀਂ ਕੁਛ ਵੀ ਕਰ ਸਕਦੇ ਹੋ, ਕੁਛ ਵੀ, ਕੋਈ ਵੀ ਚੀਜ਼ ਛੱਡ ਸਕਦੇ ਹੋ, ਕਿਉਂਕਿ ਤੁਹਾਡਾ ਆਤਮਾ ਫਿਰ ਤੁਹਾਨੂੰ ਸਟਰੈਂਥ ਦਿੰਦਾ ਆ, ਕਿਉਂਕਿ ਜਿਸਮ ਤਕੜਾ ਆ ਤੇ ਆਤਮਾ ਵੀ ਤਕੜਾ ਆ, ਤੇ ਦੋਨੇ ਬਰਾਬਰ ਦੇ ਹੋਣ, ਦੋਵਾਂ ਚੱਕਿਆਂ ਵਿੱਚ ਹਵਾ ਸਹੀ ਹੋਵੇ ਤੇ ਗੱਡੀ ਫੇਰ ਹੀ ਚੱਲਦੀ ਆ। ਹਾਲੇਲੂਇਆ, ਇੱਕ ਵਾਰੀ ਕਹਿਣਾ ਤਾਂ ਬਣਦਾ ਹੈ ਨਾ।
ਓਵਰਡੋਸ ਤੇ ਨਹੀਂ ਹੋ ਰਹੀ, ਠੀਕ ਹੈ ਯਾ, ਪਚਦਾ ਆ, ਸਹਿੰਦਾ ਸਹਿੰਦਾ ਆ, ਪ੍ਰਭੂ ਦੀ ਵਡਿਆਈ ਹੋਵੇ। ਓਕੇ, ਜਿਵੇਂ ਸਰੀਰ ਨੂੰ ਠੀਕ ਰੱਖਣ ਦੇ ਲਈ ਅਸੀਂ ਸੈਰ ਕਰਦੇ ਹਾਂ, ਚੰਗਾ ਖਾਂਦੇ ਹਾਂ, ਭਾਰ ਜੋਖਦੇ ਰਹਿੰਦੇ ਹਾਂ, ਗਰਮ ਸਰਦ ਦਾ ਧਿਆਨ ਰੱਖਦੇ ਹਾਂ, ਚੰਗੇ ਕੱਪੜੇ ਪਾਉਂਦੇ ਹਾਂ, ਸਮੇਂ ਸਿਰ ਚੈੱਕਅਪ ਕਰਾਉਂਦੇ ਹਾਂ, ਕਦੀ ਆਤਮਾ ਦੇ ਨਾਲ ਤੁਸੀਂ ਇੱਦਾਂ ਕੀਤਾ? ਕਿਸੇ ਨੇ ਕੀਤਾ ਕਦੀ ਆਤਮਾ ਦੇ ਨਾਲ ਇੱਦਾਂ? ਕਦੀ ਦੇਖਿਆ ਮੇਰਾ ਆਤਮਾ ਤਾਂ ਨਹੀਂ ਨੰਗਾ, ਇਹਨੂੰ ਢੱਕ ਦਵਾਂ? ਬਹੁਤੇ ਲੋਕੀ ਕੱਪੜਿਆਂ 'ਚ ਤਾਂ ਲਪੇਟੇ ਪਏ, ਆਤਮਕ ਤੌਰ ਤੇ ਨੰਗੇ ਆ। ਬੈਲੈਂਸ ਦੇ ਲਈ ਸਰੀਰ ਦਾ ਟਕਿਆ ਹੋਣਾ ਵੀ ਜ਼ਰੂਰੀ ਤੇ ਆਤਮਾ ਦਾ ਟਕਿਆ ਹੋਣਾ ਵੀ ਜ਼ਰੂਰੀ ਆ। ਤੁਸੀਂ ਜਿਸਮਾਨੀ ਤੌਰ ਤੇ ਕੱਪੜੇ ਪਾਏ ਤੇ ਕਿਸੇ ਨੂੰ ਦੇਖ ਕੇ ਮਨੋ ਤੁਸੀਂ ਅਲਫ ਨੰਗੇ ਹੋ ਜਾਂਦੇ ਆ, ਇਹ ਕੀ ਆ? ਇੰਬੈਲੈਂਸ, ਧੋਖਾ। ਤੁਹਾਨੂੰ ਲੱਗਦਾ ਕਿ ਤੁਸੀਂ ਤਾਂ ਟਕੇ ਹੋਏ ਆ, ਪਰ ਤੁਹਾਡਾ ਮਨ ਕੀ ਕਰ ਰਿਹਾ ਆ? ਪਾਪ। ਤੁਹਾਡੀਆਂ ਅੱਖਾਂ ਕੀ ਦੇਖ ਰਹੀਆਂ ਆ? ਪਾਪ। ਤੁਸੀਂ ਕਰਨਾ ਕੀ ਚਾਹੁੰਦੇ ਹੋ? ਪਾਪ। ਫਿਰ ਜਿਸਮ ਦਾ ਟਕਿਆ ਹੋਣਾ, ਖੁਦ ਨੂੰ ਤੇ ਦੂਜੇ ਨੂੰ ਧੋਖਾ। ਕਦੀ ਕਿਸੇ ਨੇ ਆਤਮਾ ਨੂੰ ਵੀ ਧੋਖਾ ਦਿੱਤਾ? ਕੋਈ ਦੇ ਹੀ ਨਹੀਂ ਸਕਦਾ। ਠੰਡ ਬਹੁਤ ਆ ਤਾਂ ਅਸੀਂ ਨਿੱਘੇ ਵਸਤਰ ਪਾਉਂਦੇ ਹਾਂ, ਆਤਮਾ ਨੂੰ ਵੀ ਜ਼ਰੂਰਤ ਆ ਨਾ, ਕੰਫਰਟ ਤਾਂ ਉਹਨੂੰ ਵੀ ਚਾਹੀਦਾ ਆ। ਤਾਂ ਧਿਆਨ ਦਵੋ ਕਿਤੇ ਮੇਰੇ ਆਤਮਕ ਵਸਤਰ ਫਟੇ ਹੋਏ ਤੇ ਨਹੀਂ, ਕਿਤੇ ਮੈਂ ਆਤਮਕ ਤੌਰ ਤੇ ਨਿਰਵਸਤਰ ਹੀ ਤੇ ਨਹੀਂ ਬੈਠਾ। ਫਰਿਸ਼ਤੇ ਮੈਨੂੰ ਦੇਖ ਰਹੇ ਹੋਣ ਤੇ ਮੈਂ ਉਹਨਾਂ ਨੂੰ ਨਿਰਵਸਤਰ ਨਜ਼ਰ ਆ ਰਿਹਾ ਹੋਵਾਂ? ਫਰਿਸ਼ਤੇ ਦੇਖਦੇ ਆ ਨਾ, ਜਿਹੜੇ ਦੂਤ ਆ, ਦੇਖੋ ਚਾਹੇ ਉਹ ਸਵਰਗ ਦੂਤ ਆ ਤੇ ਚਾਹੇ ਉਹ ਸ਼ੈਤਾਨ ਦੇ ਦੂਤ ਆ, ਉਹ ਦੇਖਦੇ ਆ। ਤੇ ਦੋਵਾਂ ਦੂਤਾਂ ਚੋਂ ਕੋਈ ਵੀ ਤੁਹਾਨੂੰ ਦੇਖੇ, ਕਿਉਂਕਿ ਉਹ ਆਤਮਕ ਆ ਤਾਂ ਤੁਹਾਡੇ ਆਤਮਾ ਨੂੰ ਦੇਖਦੇ ਆ, ਤੇ ਤੁਸੀਂ ਉਹਨਾਂ ਨੂੰ ਢਕੇ ਹੋਏ ਨਜ਼ਰ ਆਉਣੇ ਚਾਹੀਦੇ ਆ। ਬਹੁਤ ਲੋਕੀ ਆ ਉਹ ਕਹਿੰਦੇ ਦੁਸ਼ਟ ਆਤਮੇ ਸਾਡੇ ਨਾਲ ਕੁਕਰਮ ਕਰਦੇ ਆ, ਉਹਨਾਂ ਦੇ ਨਾਲ ਫਿਜ਼ੀਕਲ ਰਿਲੇਸ਼ਨਸ਼ਿਪ ਦੇ ਵਿੱਚ ਆ ਦੁਸ਼ਟ ਆਤਮੇ, ਸੁਪਨੇ ਵਿੱਚ ਉਹਨਾਂ ਦੇ ਨਾਲ ਗਲਤ ਕੰਮ ਹੁੰਦਾ, ਬੈੱਡ ਤੇ ਜਾਗਦੇ ਹੋਏ ਗਲਤ ਕੰਮ ਹੋ ਜਾਂਦੇ ਆ ਉਹਨਾਂ ਦੇ ਨਾਲ, ਬਹੁਤ ਪਰੇਸ਼ਾਨ ਆ। ਕਿਉਂ? ਕਿਉਂਕਿ ਉਹਨਾਂ ਨੇ ਜਿੰਨੀ ਵਾਰੀ ਤੁਹਾਡੇ ਜੀਵਨ 'ਚ ਝਾਤੀ ਮਾਰੀ, ਤੁਸੀਂ ਉਹਨਾਂ ਨੂੰ ਨੰਗੇ ਨਜ਼ਰ ਆਏ, ਇਸ ਲਈ ਉਹ ਤੁਹਾਡੇ ਜੀਵਨ ਵਿੱਚ ਐਂਟਰ ਕਰ ਗਏ ਗਲਤ ਕੰਮ ਕਰਨ ਦੇ ਲਈ। ਟਕੋ ਆਪਣੇ ਆਤਮਾ ਨੂੰ, ਉਹ ਚੀਜ਼ਾਂ ਜਿਹੜੀਆਂ ਤੁਹਾਡੇ ਆਤਮਾ ਦਾ ਨਾਸ਼ ਕਰਦੀਆਂ ਆ। ਤੁਸੀਂ ਜਾਣਦੇ ਆ ਕਿਹੜੀਆਂ ਚੀਜ਼ਾਂ ਠੀਕ ਆ, ਕਿਹੜੀਆਂ ਗਲਤ ਆ। ਤੁਸੀਂ ਆਪਣੇ ਬੱਚਿਆਂ ਨੂੰ, ਤੁਸੀਂ ਅਗਰ ਕੋਈ ਗਲਤ ਗੱਲ ਕਰ ਰਹੇ ਹੋ, ਤੁਸੀਂ ਆਪਣੇ ਬੱਚਿਆਂ ਨੂੰ ਕੋਲ ਨਹੀਂ ਬੈਠਣ ਦਿਓਗੇ, ਤੁਸੀਂ ਜ਼ਰੂਰ ਉਹਨਾਂ ਨੂੰ ਕਹੋਗੇ ਜਾਓ ਖੇਡੋ। ਬਹੁਤ ਚੀਜ਼ਾਂ, ਅਗਰ ਤੁਸੀਂ ਕੋਈ ਗਲਤ ਚੀਜ਼ ਦੇਖ ਰਹੇ ਹੋ, ਤੁਸੀਂ ਕਿਸੇ ਦੇ ਸਾਹਮਣੇ ਨਹੀਂ ਦੇਖੋਗੇ, ਤੁਸੀਂ ਉਹਨਾਂ ਨੂੰ ਕਹੋਗੇ ਉਹ ਪਾਸੇ ਚੱਲ ਜਾਣ, ਨਹੀਂ ਤਾਂ ਤੁਸੀਂ ਪਾਸੇ ਹੋ ਜਾਓਗੇ।
ਇਹ ਕੀ ਆ? ਆਤਮਕ ਨੰਗਾਪਣ। ਇਨਾ ਰਾਹਾਂ ਥਾਣੀ ਦੁਸ਼ਟ ਆਤਮੇ ਐਂਟਰ ਕਰਦੇ ਆ, ਕਿਸੇ ਬਜ਼ੁਰਗ ਦੇ ਜੀਵਨ ਵਿੱਚ, ਕਿਸੇ ਨੌਜਵਾਨ ਦੇ ਜੀਵਨ ਵਿੱਚ, ਕਿਸੇ ਅੱਲੜ ਦੇ ਜੀਵਨ ਦੇ ਵਿੱਚ। ਉਹਨਾਂ ਨੂੰ ਉਮਰ ਦੇ ਨਾਲ ਕੋਈ ਫਰਕ ਨਹੀਂ ਆ। ਜਦ ਤੁਹਾਨੂੰ ਉਮਰ ਦਾ ਫਰਕ ਨਹੀਂ ਪਿਆ, ਉਮਰ ਦੇ ਨਾਲ ਤੁਸੀਂ ਸਿਆਣੇ ਨਹੀਂ ਹੋਏ, ਤਾਂ ਫਿਰ ਦੁਸ਼ਟ ਆਤਮੇ ਨੂੰ ਸਤਾਉਣ ਲੱਗਿਆ ਕੀ ਫਰਕ ਆ? ਉਹ ਨਹੀਂ ਦੇਖਦੇ ਬੁੱਢਾ ਆ ਕਿ ਜਵਾਨ ਆ, ਪਰ ਜੇ ਡੋਰ ਓਪਨ ਆ, ਦਰਵਾਜ਼ਾ ਖੁੱਲ੍ਹਾ ਆ, ਤੇ ਉਹ ਤੁਹਾਡੇ ਜੀਵਨ ਦੇ ਵਿੱਚ ਐਂਟਰ ਕਰ ਜਾਂਦੇ। ਔਰ ਫਿਰ ਦੱਸਦੇ ਆ ਕਿ ਹੁਣ ਦੱਸ, ਆਹੀ ਚਾਹੁੰਦਾ ਸੀ ਤੂੰ? ਕਰਨਾ ਤਾਂ ਚਾਹੁੰਦਾ ਸੀ, ਜਿਸਮਾਨੀ ਤੌਰ ਤੇ ਇਸ ਲਈ ਨਹੀਂ ਕਰ ਰਿਹਾ ਸੀ ਕਿ ਤੂੰ ਫੜਿਆ ਜਾਏਗਾ, ਨਜ਼ਰ ਆਏਗਾ, ਪਰ ਲੈ ਮੈਂ ਤੈਨੂੰ ਆਤਮਕ ਤੌਰ ਤੇ ਇਸ ਚੀਜ਼ ਦੇ ਵਿੱਚ ਲੈ ਕੇ ਜਾਣਾ, ਕੋਈ ਦੇਖ ਵੀ ਨਹੀਂ ਸਕੂਗਾ, ਪਰ ਤੇਰੇ ਨਾਲ ਹੋਊਗਾ ਵੀ। ਫਿਰ ਇਸ ਹੱਦ ਤੱਕ ਉਹ ਸਤਾਉਂਦੇ ਆ ਕਿ ਬੰਦੇ ਦੀਆਂ ਐਨ ਲਕੀਰਾਂ ਕਢਾ ਦਿੰਦੇ ਇੱਕ ਵਾਰੀ। ਫਿਰ ਕਹਿੰਦੇ ਸਾਨੂੰ ਪਤਾ ਨਹੀਂ ਸਾਨੂੰ ਕਿੰਨੇ ਕੁਛ ਕੀਤਾ ਆ, ਕਿਸੇ ਨੇ ਕੁਛ ਨਹੀਂ ਕੀਤਾ, ਇਹ ਉਹੀ ਆ ਜੋ ਤੁਸੀਂ ਕੀਤਾ ਆ, ਤੁਹਾਡੇ ਕੰਮਾਂ ਦਾ ਨਤੀਜਾ ਤੁਹਾਨੂੰ ਮਿਲ ਰਿਹਾ ਆ। ਤੁਹਾਨੂੰ ਲੋਕੀ ਚੰਗਾ ਨਹੀਂ ਚਾਹੁੰਦੇ, ਬਹੁਤ ਲੋਕਾਂ ਦੀ ਪ੍ਰੋਬਲਮ ਆ, ਕਹਿੰਦੇ ਜੀ ਸਾਨੂੰ ਕੋਈ ਚੰਗਾ ਨਹੀਂ ਸਮਝਦਾ। ਕਿਉਂ? ਤੁਸੀਂ ਕਿੰਨਿਆਂ ਨੂੰ ਚੰਗਾ ਸਮਝਦੇ ਆ? ਤੁਹਾਨੂੰ ਕੋਈ ਚੰਗਾ ਕਿਉਂ ਨਹੀਂ ਸਮਝ ਰਿਹਾ? ਕਿਉਂਕਿ ਤੁਹਾਨੂੰ ਕੋਈ ਚੰਗਾ ਨਹੀਂ ਲੱਗ ਰਿਹਾ, ਇਸ ਲਈ ਤੁਹਾਨੂੰ ਲੱਗਦਾ ਕਿ ਤੁਸੀਂ ਕਿਸੇ ਨੂੰ ਚੰਗੇ ਨਹੀਂ ਲੱਗ ਰਿਹਾ। ਸੱਚ ਤਾਂ ਇਹ ਹੈ ਕਿ ਤੁਹਾਨੂੰ ਹੀ ਕੋਈ ਚੰਗਾ ਨਹੀਂ ਲੱਗ ਰਿਹਾ। ਜਿੱਦਣ ਕੋਈ ਕਿਸੇ ਨੂੰ ਤੁਸੀਂ ਚੰਗਾ ਸਮਝਣ ਲੱਗ ਗਏ, ਉਹਨੇ ਤੁਹਾਨੂੰ ਲੱਗਣਾ ਇਹੀ ਮੈਨੂੰ ਚੰਗਾ ਸਮਝਦਾ ਆ। ਸੱਚ ਕੀ ਆ? ਕਿ ਤੁਸੀਂ ਉਹਨੂੰ ਚੰਗਾ ਸਮਝ ਰਹੇ ਹੋ। ਕਿਸੇ ਨੂੰ ਲੱਗਦਾ ਕਿ ਮੈਂ ਇਕੱਲਾ ਆ, ਕਿਉਂ ਫੀਲ ਹੁੰਦਾ ਇਕੱਲਾ? ਕਿਉਂਕਿ ਉਹ ਕਿਸੇ ਦੇ ਨਾਲ ਰਹਿਣ ਦੇ ਯੋਗ ਹੀ ਨਹੀਂ ਆ, ਨਾਲ ਰਹਿ ਹੀ ਨਹੀਂ ਪਾਉਂਦਾ, ਸੁਭਾਅ ਹੀ ਏਦਾਂ ਦਾ ਆ, ਕਿਸੇ ਦੇ ਨਾਲ ਰਹਿਣਾ ਹੀ ਨਹੀਂ ਆਉਂਦਾ, ਇਸ ਲਈ ਇਕੱਲਾ ਆ ਕਿ ਕੋਈ ਤੇਰੇ ਲਾਗੇ ਬਹਿ ਕੇ ਖੁਸ਼ ਹੀ ਨਹੀਂ, ਇਸ ਲਈ ਇਕੱਲਾ ਆ, ਤੇ ਪਰਮੇਸ਼ਵਰ ਨਾਲ ਤੇਰੀ ਸਾਂਝ ਨਹੀਂ, ਇਸ ਲਈ ਇਕੱਲਾ ਆ। ਜੇ ਤੇਰੀ ਸਾਂਝ ਪਰਮੇਸ਼ਵਰ ਦੇ ਨਾਲ ਹੋਏ, ਤੈਨੂੰ ਇੱਕ ਪਲ ਲਈ ਇਕੱਲਾਪਨ ਮਹਿਸੂਸ ਨਾ ਹੋਏ। ਤੇ ਜੇ ਦੀ ਸਾਂਝ ਪਰਮੇਸ਼ਵਰ ਦੇ ਨਾਲ, ਭੀੜਾਂ ਉਹਨਾਂ ਨੂੰ ਫੋਲੋ ਕਰਦੀਆਂ, ਉਹ ਕਦੀ ਇਕੱਲੇ ਨਹੀਂ ਹੁੰਦੇ, ਉਹ ਚਾਹੁੰਦੇ ਆ ਅਸੀਂ ਇਕੱਲੇ ਹੋਈਏ, ਤੇ ਭੀੜ ਉਹਨਾਂ ਨੂੰ ਇਕੱਲਿਆਂ ਛੱਡਦੀ ਨਹੀਂ। ਤੁਸੀਂ ਪ੍ਰਭੂ ਯਿਸੂ ਮਸੀਹ ਦੀ ਸਟੋਰੀ ਲੈ ਲਓ। ਆਪਾਂ ਵਚਨ ਦੇ ਵਿੱਚ ਦੇਖਦੇ ਆ ਨਾ ਕਿ ਭੀੜਾਂ ਜਿਹੜੀਆਂ ਉਹ ਇਕੱਠੀਆਂ ਸੀ, ਪ੍ਰਭੂ ਨੇ ਭੀੜਾਂ ਨੂੰ ਤੋੜ ਕੇ ਫਿਰ ਉਹ ਇਕਾਂਤ ਵਿੱਚ ਗਏ ਕਿ ਉਹ ਪ੍ਰਾਰਥਨਾ ਕਰਨ। ਉਹ ਮੌਕਾ ਲੱਭ ਕੇ ਇਕਾਂਤ ਵਿੱਚ ਜਾਂਦੇ ਸੀ, ਭੀੜ ਨਹੀਂ ਜਾਣ ਦਿੰਦੀ ਸੀ। ਨਾ ਤਾਂ ਉਦੋਂ ਫੇਸਬੁੱਕ ਸੀ, ਨਾ ਇੰਸਟਾਗ੍ਰਾਮ, ਨਾ ਕੋਈ ਲੀਫਲੈਟ ਛਾਪਦੇ ਸੀ, ਕਿੱਥੋਂ ਆ ਜਾਂਦੀਆਂ ਸੀ ਇੰਨੀਆਂ ਭੀੜਾਂ? ਜੇ ਦੀ ਸਾਂਝ ਪਰਮੇਸ਼ਵਰ ਦੇ ਨਾਲ ਹੋ ਜਾਵੇ, ਚੁੰਬਕ ਵਾਂਗ ਲੋਕੀ ਉਹਦੇ ਵੱਲ ਨੂੰ ਆਉਂਦੇ ਆ, ਕਿਉਂਕਿ ਹਰ ਕੋਈ ਸ਼ਾਂਤੀ ਚਾਹੁੰਦਾ, ਹਰ ਕੋਈ ਆਨੰਦ ਚਾਹੁੰਦਾ, ਤੇ ਜਿਹਦਾ ਕਨੈਕਸ਼ਨ ਪਰਮੇਸ਼ਵਰ ਨਾਲ ਜੁੜ ਜਾਂਦਾ, ਉਹਦੇ ਅੰਦਰ ਸ਼ਾਂਤੀ ਵੀ ਆ ਜਾਂਦੀ, ਉਹਦੇ ਅੰਦਰ ਆਨੰਦ ਵੀ ਆ ਜਾਂਦਾ। ਹਰ ਕਿਸੇ ਜਦੋਂ ਉਹਦੇ ਕੋਈ ਨੇੜੇ ਜਾਂਦਾ, ਉਹਨੂੰ ਸ਼ਾਂਤੀ ਮਹਿਸੂਸ ਹੁੰਦੀ,
ਉਹਨੂੰ ਆਨੰਦ ਮਹਿਸੂਸ ਹੁੰਦਾ। ਉਹ ਵਿਅਕਤੀ ਗਲਤ ਨਹੀਂ ਬੋਲਦਾ, ਜਿਹੜਾ ਗਲਤ ਬੋਲਦਾ ਨਹੀਂ ਹਰ ਕੋਈ ਉਹਨੂੰ ਸੁਣਨਾ ਚਾਹੁੰਦਾ। ਉਹ ਕਿਸੇ ਦਾ ਬੁਰਾ ਨਹੀਂ ਕਰਦਾ, ਜਿਹੜਾ ਕਿਸੇ ਦਾ ਬੁਰਾ ਨਹੀਂ ਕਰਦਾ ਹਰ ਵਿਅਕਤੀ ਉਹਦਾ ਦੋਸਤ ਬਣਨਾ ਚਾਹੁੰਦਾ ਆ। ਤੁਸੀਂ ਚਾਹੁੰਦੇ ਆ ਤੁਹਾਡੇ ਨਾਲ ਬਹੁਤ ਲੋਕੀ ਚੱਲਣ, ਤੁਸੀਂ ਪਰਮੇਸ਼ਵਰ ਨਾਲ ਚੱਲਣਾ ਸ਼ੁਰੂ ਕਰ ਦਿਓ, ਲੋਕਾਂ ਨੇ ਤੁਹਾਡੇ ਨਾਲ ਚੱਲਣਾ ਸ਼ੁਰੂ ਕਰ ਦੇਣਾ। ਤੁਸੀਂ ਆਨੰਦ ਸ਼ਾਂਤੀ ਪ੍ਰੇਮ ਨਾਲ ਭਰ ਜਾਓ, ਸਭ ਤੁਹਾਡੇ ਨੇੜੇ ਬਹਿਣਗੇ, ਕਿਉਂਕਿ ਤੁਹਾਡੇ ਨੇੜੇ ਬਹਿ ਕੇ ਉਹਨਾਂ ਨੂੰ ਸ਼ਾਂਤੀ ਮਿਲੇਗੀ। ਅਜੇ ਤਾਂ ਤੁਹਾਡੇ ਨੇੜੇ ਬਹਿ ਕੇ ਉਹਨਾਂ ਨੂੰ ਉਹ ਚੀਜ਼ ਮਿਲਦੀ ਆ ਜਿਹੜੀ ਆਲਰੇਡੀ ਉਹਨਾਂ ਦੇ ਜੀਵਨ ਵਿੱਚ ਬਹੁਤ ਆ। ਤੁਸੀਂ ਕਿਹੜੀ ਚੀਜ਼ ਇਕੱਠੀ ਕਰਦੇ ਹੋ ਜਿਹੜੀ ਤੁਹਾਡੇ ਕੋਲ ਨਹੀਂ ਹੁੰਦੀ, ਜਿਹੜੀ ਪਹਿਲਾਂ ਹੀ ਬਹੁਤ ਆ, ਉਹ ਤੁਹਾਨੂੰ ਨਹੀਂ ਚਾਹੀਦੀ। ਨਫ਼ਰਤ ਲੋਕਾਂ ਦੇ ਜੀਵਨ ਵਿੱਚ ਪਹਿਲਾਂ ਹੀ ਬਹੁਤ ਆ, ਤੇ ਜਿਹੜਾ ਹੋਰ ਨਫ਼ਰਤ ਕਰਦਾ ਉਹ ਕਿਉਂ ਉਹਦੇ ਕੋਲ ਜਾਊਗਾ? ਉਹ ਤਾਂ ਉਹਨਾਂ ਕੋਲ ਆਲਰੇਡੀ ਬਹੁਤ ਆ। ਉਹ ਕਿਹਦੇ ਕੋਲ ਜਾਣਗੇ? ਜਿਹਦੇ ਕੋਲ ਪ੍ਰੇਮ ਆ। ਸ਼ਾਂਤੀ ਕਿਸੇ ਕੋਲ ਇੰਨੀ ਜ਼ਿਆਦਾ ਨਹੀਂ ਆ ਕਿ ਉਹ ਕਵੇ ਮੇਰੇ ਕੋਲੋਂ ਲੈ ਲਵੋ। ਸ਼ਾਂਤੀ ਲੱਭਦੇ ਫਿਰਦੇ ਆ। ਜਿਹਦੇ ਕੋਲ ਸ਼ਾਂਤੀ ਆ ਉਹਦੇ ਨੇੜੇ ਉਹ ਕਹਿੰਦੇ ਉੱਠਣ ਨੂੰ ਜੀ ਨਹੀਂ ਕਰਦਾ। ਤਾਂ ਬਣਾਓ ਆਪਣੇ ਆਪ ਨੂੰ ਇਸ ਤਰ੍ਹਾਂ ਦਾ ਕਿ ਕਦੀ ਤੁਹਾਨੂੰ ਇਕੱਲਾਪਨ ਮਹਿਸੂਸ ਨਾ ਹੋਏ, ਕਦੀ ਦੁਸ਼ਟ ਆਤਮਾ ਤੁਹਾਡੇ ਜੀਵਨ ਦੇ ਵਿੱਚ ਆਣ ਕੇ, ਸੁਪਨੇ ਵਿੱਚ ਆਣ ਕੇ ਤੁਹਾਡੇ ਨਾਲ ਗਲਤ ਕੰਮ ਨਾ ਕਰ ਸਕੇ, ਤੁਹਾਨੂੰ ਡਿਸਟਰਬ ਨਾ ਕਰ ਸਕੇ। ਹਰ ਉਹ ਪ੍ਰਾਰਥਨਾ ਜੋ ਤੁਹਾਡੇ ਲਈ ਕੀਤੀ ਜਾਵੇ ਤੁਹਾਡੇ ਜੀਵਨ ਵਿੱਚ ਪੂਰੀ ਹੋ ਜਾਵੇ। ਹਾਜ਼ਰ ਰਹਿਣਾ ਸਿੱਖੋ, ਆਤਮਾ ਦੇ ਵਿੱਚ ਵੀ ਤੇ ਸਰੀਰ ਦੇ ਵਿੱਚ ਵੀ ਇਕੱਠੇ ਰਹਿਣਾ ਸਿੱਖੋ। ਤੁਹਾਡੀ ਤੇ ਤੁਹਾਡੇ ਆਤਮਾ ਨਾਲ ਨਹੀਂ ਬਣਦੀ, ਤੇ ਤੀਜੇ ਨਾਲ ਤੁਹਾਡੀ ਕਿੱਥੋਂ ਬਣਨੀ ਆ? ਤੁਹਾਡਾ ਤਾਂ ਆਤਮਾ ਵੀ ਤੁਹਾਨੂੰ ਛੱਡ ਕੇ ਚਲਿਆ ਜਾਂਦਾ, ਤਾਂ ਹੋਰ ਕੋਈ ਕਿੱਦਾਂ ਫੁੱਲ ਟਾਈਮ ਤੁਹਾਡੇ ਨਾਲ ਰਹੇਗਾ? ਪਹਿਲਾਂ ਉਹਦੇ ਨਾਲ ਬਣਾਉਣੀ ਸ਼ੁਰੂ ਕਰੋ, ਤਾਂ ਜੋ ਬਾਕੀਆਂ ਦੇ ਨਾਲ ਵੀ ਬਣਨੀ ਸ਼ੁਰੂ ਹੋ ਜਾਏ। ਔਰ ਆਤਮਾ ਦੀ ਤੰਦਰੁਸਤੀ ਦੇ ਲਈ ਪਰਮੇਸ਼ਵਰ ਦੇ ਨਾਲ ਮੈਕਸੀਮਮ ਟਾਈਮ ਸਪੈਂਡ ਕਰੋ, ਮੈਕਸੀਮਮ ਟਾਈਮ, ਵੱਧ ਤੋਂ ਵੱਧ ਸਮਾਂ ਪਰਮੇਸ਼ਵਰ ਦੇ ਨਾਲ ਬਿਤਾਓ। ਹੁਣ ਪਰਮੇਸ਼ਵਰ ਦੇ ਨਾਲ ਤੁਸੀਂ ਜ਼ਿਆਦਾ ਸਮਾਂ ਕਿੱਦਾਂ ਬਿਤਾਓਗੇ? ਉਹ ਤੇ ਨਜ਼ਰ ਨਹੀਂ ਆਉਂਦਾ, ਹਰ ਚੀਜ਼ ਵਿੱਚੋਂ ਜਦੋਂ ਤੁਸੀਂ ਉਹਦੀ ਕੁਦਰਤ ਨੂੰ ਸਮਝਣ ਦੀ ਕੋਸ਼ਿਸ਼ ਕਰੋਗੇ, ਤਾਂ ਤੁਸੀਂ ਉਸ ਵੇਲੇ ਪਰਮੇਸ਼ਵਰ ਨੂੰ ਆਪਣੇ ਨਾਲ ਤੇ ਆਪਣੇ ਆਪ ਨੂੰ ਪਰਮੇਸ਼ਵਰ ਦੇ ਨਾਲ ਪਾਓਗੇ। ਤੁਸੀਂ ਗਾਰਡਨ ਦੇ ਵਿੱਚ ਤੁਰ ਰਹੇ ਹੋ, ਪਾਰਕ ਦੇ ਵਿੱਚ ਗਏ ਹੋ, ਤੁਹਾਨੂੰ ਅਲੱਗ ਅਲੱਗ ਰੰਗ ਨਜ਼ਰ ਆ ਰਹੇ ਆ, ਤੁਹਾਨੂੰ ਫੁੱਲ ਨਜ਼ਰ ਆ ਰਹੇ ਆ, ਤੁਹਾਨੂੰ ਪੱਤੇ ਨਜ਼ਰ ਆ ਰਹੇ, ਤੁਹਾਨੂੰ ਚਿੜੀਆਂ ਚਹਿਕਦੀਆਂ ਸੁਣ ਰਹੀਆਂ, ਕਾਂ ਕਬੂਤਰ ਉੱਡਦੇ ਨਜ਼ਰ ਆ ਰਹੇ ਆ। ਸਮਝਣ ਦੀ ਕੋਸ਼ਿਸ਼ ਕਰੋ ਕਿ ਕਿੰਨਾ ਆਲਮਾਈਟੀ ਆ ਉਹ, ਕਿ ਜਿਹਨੇ ਇੰਨੇ ਰੰਗ ਭਰੇ, ਤੇ ਇਹ ਰੰਗ ਉੱਤਰਦੇ ਨਹੀਂ। ਕਾਵਾਂ ਦਾ ਰੰਗ ਨਹੀਂ ਫੇਡ ਹੁੰਦਾ, ਧੁੱਪ ਦੇ ਵਿੱਚ ਰੋਜ਼ ਉੱਡਦੇ ਆ। ਲਲਾਰੀ ਰੰਗ ਚੜਾਉਂਦਾ ਆ, ਚੁੰਨੀ ਧੁੱਪ ਵਿੱਚ ਪਾ ਦਿਓ ਤੇ ਡੱਬ ਖੜਬੀ ਹੋ ਜਾਂਦੀ ਆ। ਜਿਹੜਾ ਰੰਗ ਪਰਮੇਸ਼ਵਰ ਨੇ ਚੜਾ ਦਿੱਤਾ ਉਹ ਨਹੀਂ ਉੱਤਰਦਾ। ਪਰਮੇਸ਼ਵਰ ਦਾ ਰੰਗ ਪੱਕਾ ਰੰਗ ਆ। ਤੁਸੀਂ ਦੇਖੋ ਉਹਨਾਂ ਨੂੰ ਉੱਡਦਿਆਂ ਨੂੰ ਕਿ ਇਹਨਾਂ ਨੇ ਬੀਜਿਆ ਵੀ ਨਹੀਂ, ਇਹ ਕੱਲ੍ਹ ਵੀ ਉੱਡਦਾ ਸੀ, ਅੱਜ ਵੀ ਉੱਡਦਾ, ਇਹਨਾਂ 'ਚ ਤੇਲ ਨਹੀਂ ਪੈਂਦਾ, ਇਹ ਬੈਟਰੀ 'ਤੇ ਨਹੀਂ ਲੱਗਦੇ, ਮੈਂ ਇਹਨਾਂ ਨੂੰ ਚੋਗਾ ਨਹੀਂ ਪਾਇਆ, ਇਹ ਫਿਰ ਵੀ ਉੱਡਦੇ ਆ। ਕੌਣ ਦੇ ਰਿਹਾ ਇਹਨਾਂ ਨੂੰ? ਕਿੱਥੋਂ ਆਏ? ਕੈਸੀ ਗ੍ਰਿਪ ਇਹਨਾਂ ਦੇ
ਅੰਦਰ ਆ ਕਿ ਮੈਂ ਬੈੱਡ ਤੇ ਲੇਟ ਕੇ ਸੌਣਾ ਤੇ ਇਹ ਟਾਣੀ ਤੇ ਹੀ ਸੌ ਜਾਂਦੇ ਆ। ਮੈਂ ਸਿਆਲਾਂ ਚ ਇੰਨੇ ਕੱਪੜੇ ਪਾ ਕੇ ਵੀ ਠੁਰ ਠੁਰ ਕਰਦਾ ਆ, ਦੰਦੋੜਿੱਕਾ ਵੱਜਦਾ ਆ, ਤੇ ਗਰਮੀਆਂ ਚ ਵੀ ਇੰਨੇ ਖੰਭਾਂ ਵਿੱਚ ਹੀ ਸੀ ਤੇ ਸਿਆਲਾਂ ਚ ਵੀ ਇਹਨਾਂ ਦੇ ਉੱਤੇ ਇੰਨੇ ਹੀ ਖੰਭ ਆ। ਕੌਣ ਨਿੱਘ ਦੇ ਰਿਹਾ ਇਹਨਾਂ ਨੂੰ ਇਹੋ ਜਿਹੀ ਠੰਡ ਦੇ ਵਿੱਚ? ਤਾਂ ਇਹ ਕੀ ਆ? ਪਰਮੇਸ਼ਵਰ ਦੇ ਨਾਲ ਟਾਈਮ ਸਪੈਂਡ ਕਰਨਾ ਇਹਨੂੰ ਕਹਿੰਦੇ ਆ। ਸਮਝਣਾ, ਜਦੋਂ ਤੁਸੀਂ ਇਸ ਤਰੀਕੇ ਨਾਲ ਸਮਝੋਗੇ ਤਦ ਤੁਹਾਨੂੰ ਪਤਾ ਲੱਗੇਗਾ ਪਰਮੇਸ਼ਵਰ ਕਿੰਨਾ ਮਹਾਨ ਆ। ਜਦੋਂ ਤੁਸੀਂ ਹਰ ਚੀਜ਼ ਦੇ ਵਿੱਚ ਉਹਦੀ ਕਲਾਕਾਰੀ ਨੂੰ ਦੇਖੋਗੇ, ਤੁਹਾਨੂੰ ਉਹਦੀ ਪ੍ਰੈਜੈਂਸ ਫੀਲ ਹੋਣੀ ਸ਼ੁਰੂ ਹੋ ਜਾਊਗੀ। ਕਈ ਵਾਰੀ ਕੀ ਆ, ਜਦੋਂ ਕਿਸੇ ਨਾਲ ਤੁਹਾਡਾ ਬਹੁਤ ਪ੍ਰੇਮ ਆ, ਉਹਨੇ ਦੂਰ ਜਾਣਾ, ਉਹ ਕਹਿੰਦਾ ਮੈਨੂੰ ਨਿਸ਼ਾਨੀ ਦੇ ਦੇ ਕੋਈ, ਜਦੋਂ ਵੀ ਮੈਂ ਇਹਨੂੰ ਦੇਖੂਗਾ ਮੈਨੂੰ ਤੇਰਾ ਚੇਤਾ ਆਊਗਾ। ਇਸੇ ਲਈ ਨਿਸ਼ਾਨੀ ਦਿੰਦੇ ਨਾ। ਆਪਾਂ ਵਿਦੇਸ਼ ਵਿੱਚ ਜਾਂਦੇ ਹਾਂ, ਕਿਸੇ ਦੂਰ ਦੁਰਾਡੇ ਜਾਂਦੇ, ਰਿਸ਼ਤੇਦਾਰ ਭੈਣ ਭਰਾ ਨੂੰ ਮਿਲਣ, ਉਹਨੂੰ ਨਿਸ਼ਾਨੀ ਦਿੰਦੇ ਹਾਂ ਕਿ ਜਦ ਵੀ ਉਹ ਦੇਖੇ ਤੇ ਉਹਨੂੰ ਯਾਦ ਆਵੇ। ਅਗਰ ਤੁਹਾਨੂੰ ਕਿਸੇ ਨੇ ਕੋਈ ਗਿਫਟ ਦਿੱਤਾ, ਤੁਸੀਂ ਜਦੋਂ ਉਹਨੂੰ ਦੇਖਦੇ ਆ ਤੁਹਾਨੂੰ ਯਾਦ ਆਉਂਦੀ ਕਿ ਨਹੀਂ? ਇੱਕ ਮਨੁੱਖ ਐਡਾ ਨਾ ਸ਼ੁਕਰਾ ਪ੍ਰਾਣੀ ਆ ਕਿ ਚਾਰ ਚੁਫੇਰੇ ਪਰਮੇਸ਼ਵਰ ਨੇ ਆਪਣੇ ਨਿਸ਼ਾਨ ਕਾਇਮ ਕੀਤੇ, ਫਿਰ ਵੀ ਇਹਨੂੰ ਯਾਦ ਨਹੀਂ ਆਉਂਦੀ। ਇੰਨੀਆਂ ਨਿਸ਼ਾਨੀਆਂ ਉਹਨੇ ਦਿੱਤੀਆਂ, ਕੁੱਖ ਤੋਂ ਬੱਚੇ ਪੈਦਾ ਹੋ ਗਏ, ਉਹ ਵੀ ਨਿਸ਼ਾਨੀ ਆ ਪਰਮੇਸ਼ਵਰ ਦੀ। ਘਰ ਵਿੱਚ ਤੁਰੇ ਫਿਰਦੇ ਬਾਕੀ ਦੇ ਜੀ ਪਰਮੇਸ਼ਵਰ ਦੀ ਨਿਸ਼ਾਨੀ ਆ। ਪਾਣੀ ਉਹਦੀ ਨਿਸ਼ਾਨੀ, ਰੋਟੀ ਉਹਦੀ ਨਿਸ਼ਾਨੀ, ਹਵਾ, ਬੱਦਲ, ਇਹ ਸਭ ਪੌਦੇ, ਇਹ ਸਭ ਚਿੜੀਆਂ ਕਾਂ, ਇਹ ਉਹਦੀ ਨਿਸ਼ਾਨੀ ਆ। ਹਰ ਰੋਜ਼ ਚੱਤੋ ਪੈਰ ਅੱਖਾਂ ਦੇ ਸਾਹਮਣੇ ਨਜ਼ਰ ਆਉਂਦੇ, ਫਿਰ ਵੀ ਉਹ ਚੇਤੇ ਨਹੀਂ ਆਉਂਦਾ। ਇੱਡਾ ਨਾ ਸ਼ੁਕਰਾ ਪ੍ਰਾਣੀ ਆ ਇਹ। ਪਰ ਜੇ ਕਿਸੇ ਨੇ ਛੱਲਾ ਦਿੱਤਾ ਹੋਵੇ, ਇਹ ਮੈਨੂੰ ਫਲਾਨੇ ਨੇ ਦਿੱਤਾ ਆ, ਉਹਦੀ ਇੱਕ ਚੀਜ਼ ਦੇਖ ਕੇ ਚੇਤੇ ਆਈ ਜਾਂਦਾ ਆ, ਇਹ ਮੈਨੂੰ ਫਲਾਨੇ ਨੇ ਦਿੱਤਾ ਆ, ਇਹ ਮੇਰੀ ਐਨਿਵਰਸਰੀ ਦਾ ਫਸਟ ਗਿਫਟ ਆ, ਇਹ ਮੇਰੇ ਲਵਰ ਨੇ ਮੈਨੂੰ ਫਸਟ ਗਿਫਟ ਦਿੱਤਾ ਆ। ਤੇਰਾ ਹਰ ਸਾਹ ਇੱਕ ਗਿਫਟ ਆ, ਤੂੰ ਖਰੀਦਿਆ ਨਹੀਂ ਆ। ਚੇਤੇ ਕਿਉਂ ਨਹੀਂ ਆਉਂਦਾ ਤੈਨੂੰ ਪਰਮੇਸ਼ਵਰ? ਤੂੰ ਕਹਿੰਦਾ ਮੇਰਾ ਟਾਈਮ ਨਹੀਂ ਲੱਗਦਾ, ਇਹ ਟਾਈਮ ਤੈਨੂੰ ਕਿਹਨੇ ਦਿੱਤਾ? ਜਿਸ ਟਾਈਮ ਵਿੱਚ ਤੂੰ ਕੰਮ ਕਰ ਰਿਹਾ ਆ, ਇਹ ਟਾਈਮ ਤੈਨੂੰ ਦਿੱਤਾ ਕਿਹਨ? ਕਿ ਤੇਰਾ ਉਹਨੂੰ ਚੇਤੇ ਕਰਨ ਦਾ ਟਾਈਮ ਨਹੀਂ ਜਿਹਨੇ ਤੈਨੂੰ ਟਾਈਮ ਦੇ ਦਿੱਤਾ? ਤੇ ਜਿੱਦਣ ਉਹਨੂੰ ਟਾਈਮ ਦੇਣ ਦਾ ਚੇਤਾ ਭੁੱਲ ਗਿਆ ਨਾ, ਤੇ ਉਦਣ ਤੇਰੀਆਂ ਘੜੀਆਂ, ਨਬਜਾਂ ਸਭ ਖਲੋ ਜਾਣਾ। ਭਲਿਆਈ ਇਸੇ ਵਿੱਚ ਆ ਕਿ ਉਹਦੇ ਦਿੱਤੇ ਟਾਈਮ ਵਿੱਚੋਂ ਟਾਈਮ ਕੱਢ ਕੇ ਉਹਦੇ ਨਾਲ ਸਮਾਂ ਬਿਤਾ ਲਾ, ਤੇ ਤੇਰਾ ਸਮਾਂ ਮੁਬਾਰਕ ਹੋ ਜਾਊਗਾ। ਔਰ ਅਗਰ ਤੁਸੀਂ ਇਹ ਛੋਟੇ ਛੋਟੇ ਪੁਆਇੰਟਸ, ਵੈਰੀ ਈਜ਼ੀ ਆ, ਬਹੁਤ ਸਿੰਪਲ ਆ, ਬਹੁਤ ਸਧਾਰਨ ਆ, ਬਹੁਤ ਆਸਾਨ ਆ, ਅਗਰ ਤੁਸੀਂ ਇਹਨਾਂ ਪੁਆਇੰਟਸ ਤੇ ਗੌਰ ਕਰ ਲਵੋ, ਮੈਨੂੰ ਨਹੀਂ ਲੱਗਦਾ ਕਿ ਤੁਸੀਂ ਇਹ ਗੱਲ ਕਹੋ ਸਾਡੇ ਨਾਲ ਕਦੀ ਪ੍ਰਭੂ ਨੇ ਗੱਲ ਨਹੀਂ ਕੀਤੀ, ਅਸੀਂ ਦੇਖਿਆ ਨਹੀਂ ਪ੍ਰਭੂ ਨੂੰ, ਅਸੀਂ ਪਾਇਆ ਨਹੀਂ, ਸਾਡੀ ਪ੍ਰਾਰਥਨਾ ਦਾ ਉੱਤਰ ਨਹੀਂ ਆਇਆ। ਤੁਹਾਨੂੰ ਤਾਂ ਕੁਛ ਮੰਗਣਾ ਹੀ ਨਹੀਂ ਪੈਣਾ, ਬਿਨ ਮੰਗਿਆਂ ਤੁਹਾਨੂੰ ਮਿਲਣਾ, ਬਿਨ ਮੰਗਿਆਂ, ਸੋਚਣ ਤੋਂ ਪਹਿਲਾਂ,
ਤੁਸੀਂ ਕਹੋਗੇ ਹਾਈ ਇਹ ਤਾਂ ਮੇਰੇ ਦਿਲ ਵਿੱਚ ਸੀ। ਕਈ ਵਾਰੀ ਕਹਿੰਦੇ ਨਾ ਜੇ ਮੈਂ ਕਿਤੇ ਕੁਛ ਹੋਰ ਮੰਗਿਆ ਹੁੰਦਾ ਤੇ ਉਹ ਵੀ ਪੂਰਾ ਹੋ ਜਾਣਾ ਸੀ। ਇਟ ਮੀਨ ਤੂੰ ਜੋ ਤੇਰਾ ਪੂਰਾ ਹੋਇਆ ਉਹ ਕਿਤੇ ਨਾ ਕਿਤੇ ਤੇਰੇ ਅੰਦਰ ਸੀ। ਉਹਦੇ ਲਈ ਧੰਨਵਾਦ ਨਹੀਂ ਹੋਇਆ ਕਿ ਆਹ ਮੇਰੇ ਅੰਦਰ ਸੀ ਮਿਲ ਗਿਆ। ਜੇ ਮੈਂ ਹੋਰ ਮੰਗ ਲੈਂਦਾ ਏਡੇ ਤਕੜੇ ਮੰਗਦੇ ਆ। ਸ਼ਹਿਰ ਵਿੱਚ ਤਾਂ ਮੰਗਦਾ 10 ਰੁਪਏ ਲੈ ਕੇ ਖੁਸ਼ ਹੋ ਜਾਂਦਾ, ਅਸੀਂ ਤਾਂ ਏਡੇ ਤਕੜੇ ਮੰਗਦੇ ਆ, ਵੱਡੀਆਂ ਵੱਡੀਆਂ ਬਰਕਤਾਂ ਲੈਣ ਦੇ ਬਾਵਜੂਦ ਵੀ ਖੁਸ਼ ਨਹੀਂ ਹੁੰਦੇ। ਕਹਿੰਦੇ ਜੇ ਕਿਤੇ ਹੋਰ ਕੁਛ ਮੰਗ ਲੈਂਦੇ ਉਹ ਵੀ ਮਿਲ ਜਾਣਾ ਸੀ। ਮੈਂ ਤਾਂ ਪੱਖਾ ਮੰਗ ਕੇ ਗਲਤੀ ਕੀਤੀ, ਏਸੀ ਮੰਗਣਾ ਚਾਹੀਦਾ ਸੀ। ਮਤਲਬ ਪੱਖੇ ਲਈ ਧੰਨਵਾਦ ਨਹੀਂ ਨਿਕਲਿਆ, ਇਹ ਫਿਕਰ ਪੈ ਗਿਆ ਵੀ ਜੇ ਮੈਂ ਪੱਖੇ ਦੀ ਅਰਦਾਸ ਕੀਤੀ ਪੱਖਾ ਮਿਲ ਗਿਆ, ਮੈਨੂੰ ਏਸੀ ਦੀ ਕਰਨੀ ਚਾਹੀਦੀ ਸੀ। ਮੈਂ ਮੰਗਿਆ ਕਿ 100 ਰੁਪਈਆ ਮਿਲ ਜਾਵੇ ਤੇ 100 ਮਿਲ ਗਿਆ, ਬੜੀ ਵੱਡੀ ਗਲਤੀ ਹੋ ਗਈ। ਮੈਨੂੰ ਇੱਕੋ ਵਾਰੀ 1,00,000 ਰੁਪਈਆ ਮੰਗਣਾ ਚਾਹੀਦਾ ਸੀ, ਮਿਲ ਹੀ ਜਾਣਾ ਸੀ ਜੇ 100 ਦਿੱਤਾ 1,00,000 ਨਾ ਦਊ ਤੇ ਗਲਤੀ ਕਿਹਦੀ ਆ? ਫਿਰ ਵੀ ਤਾਂ ਤੇਰੀ ਆ ਨਾ, ਨਾ ਸ਼ੁਕਰੇ ਦੀ ਤਾਂ ਸ਼ੁਕਰ ਗੁਜ਼ਾਰੀ ਕਰਨੀ, ਗ੍ਰੈਟੀਟਿਊਡ ਵਾਲੀ ਲਾਈਫ ਜੀਣਾ ਸਿੱਖੋ, ਧੰਨਵਾਦ ਕਰਨਾ ਸਿੱਖੋ, ਪਰਮੇਸ਼ਵਰ ਦੇ ਨਾਲ ਟਾਈਮ ਸਪੈਂਡ ਕਰਨਾ ਸਿੱਖੋ। ਇਹ ਇਹ ਸਪਿਰਿਟ ਨੂੰ ਬੈਲੈਂਸ ਕਰਨ ਦੇ ਲਈ ਆ। ਔਰ ਸਪਿਰਿਟ ਦਾ ਚੈੱਕਅਪ ਕਰਦੇ ਰਿਹਾ ਕਰੋ ਕਿ ਮੇਰਾ ਜਿਹੜਾ ਸਪਿਰਿਟ ਆ ਉਹ ਕਿੰਨਾ ਕੁ ਹੈਲਦੀ ਆ, ਕਿੰਨਾ ਕੁ ਤੰਦਰੁਸਤ ਆ, ਮੇਰਾ ਮਨ ਕਿਹੜੀਆਂ ਚੀਜ਼ਾਂ ਵੱਲ ਨੂੰ ਜ਼ਿਆਦਾ ਝੁਕਦਾ ਆ, ਮੈਨੂੰ ਕਿਹੜੀਆਂ ਚੀਜ਼ਾਂ, ਕਿਹੜੇ ਵਿਅਕਤੀ ਮੈਨੂੰ ਜ਼ਿਆਦਾ ਪਸੰਦ। ਸਪਿਰਿਟ ਦਾ ਚੈੱਕਅਪ ਕਿੱਦਾਂ ਹੁੰਦਾ? ਤੁਸੀਂ ਚੈੱਕ ਕਰੋ ਕਿ ਤੁਹਾਡੀ ਕਿੰਨਾ ਨਾਲ ਜ਼ਿਆਦਾ ਬਣਦੀ ਆ। ਜਿਨ੍ਹਾਂ ਨਾਲ ਤੁਹਾਡੀ ਜ਼ਿਆਦਾ ਬਣਦੀ ਫਿਰ ਉਹਨਾਂ ਦੇ ਜੀਵਨ 'ਚ ਮਾੜੀ ਜਿਹੀ ਝਾਤੀ ਮਾਰੋ ਕਿ ਉਹ ਕਿੰਨੇ ਕੁ ਚੰਗੇ ਕੰਮ ਕਰ ਰਹੇ ਆ, ਪਰਮੇਸ਼ੁਰ ਨੂੰ ਪਸੰਦ ਆਉਣ ਵਾਲੇ ਕੰਮ ਕਰ ਰਹੇ ਆ ਜਾਂ ਜਿਹੜੇ ਨਹੀਂ ਪਸੰਦ ਆਉਂਦੇ ਉਹ ਵਾਲੇ ਕੰਮ ਕਰ ਰਹੇ ਆ। ਤੇ ਜੇਕਰ ਤੁਸੀਂ ਪਾਓ ਕਿ ਜਿਨ੍ਹਾਂ ਨਾਲ ਤੁਹਾਡੀ ਬਣਦੀ ਆ ਉਹ ਗਲਤ ਕੰਮ ਜ਼ਿਆਦਾ ਕਰਦੇ ਆ, ਤਾਂ ਇਹਦਾ ਮਤਲਬ ਤੁਹਾਡੇ ਆਤਮਾ ਦੇ ਅੰਦਰ ਗਲਤੀਆਂ ਜ਼ਿਆਦਾ ਆ। ਕਿਉਂਕਿ ਜਦੋਂ ਕੋਈ ਵਿਅਕਤੀ, ਮੰਨ ਲਓ ਆਪਣੇ ਪਿੰਡ ਵਿੱਚ ਕੋਈ ਜ਼ਿਆਦਾ ਨਵਾਂ ਬੰਦਾ ਆਇਆ ਆ, ਜੇ ਉਹ ਸ਼ਰਾਬੀ ਆ ਉਹਨੇ ਪਹਿਲੇ ਹੀ ਦਿਨ ਪਤਾ ਲਾ ਲੈਣਾ ਸ਼ਰਾਬ ਕਿੱਥੋਂ ਮਿਲਦੀ ਆ, ਤੇ 5 ਦਿਨਾਂ ਬਾਅਦ ਉਹਨੂੰ ਪੁੱਛੋਗੇ ਨਾ ਸਾਡੇ ਪਿੰਡ 'ਚ ਪਤਾ ਨਹੀਂ ਕੌਣ ਕੌਣ ਸ਼ਰਾਬੀ, ਐਦਾਂ ਗਿਣ ਦੂਗਾ ਪੋਟਿਆਂ ਦੇ ਉੱਤੇ, ਟਿਪਸ ਦੇ ਉੱਤੇ ਦੱਸੂਗਾ ਫਲਾਨਾ ਵੀ ਫਲਾਨਾ ਵੀ ਫਲਾਨਾ ਵੀ। ਜੂਆ ਖੇਡਣ ਵਾਲੇ ਨੂੰ ਪਤਾ ਲੱਗ ਜੂਗਾ, ਭਾਵੇਂ ਜਿੱਥੇ ਮਰਜ਼ੀ ਜਾਵੇ ਇਸ ਪਿੰਡ 'ਚ ਫਲਾਨਾ ਬੰਦਾ ਜੂਆ ਬਹੁਤ ਵਧੀਆ ਖੇਡਦਾ, ਬਹੁਤ ਜ਼ਿਆਦਾ ਖੇਡਦਾ, ਜੂਏ ਦਾ ਐਡਾ ਵੀ ਪਤਾ ਹੋਊ। ਨਸ਼ਾ ਲੈਣ ਵਾਲੇ ਨੂੰ ਪਤਾ ਹੋਊਗਾ ਨਸ਼ਾ ਕਿੱਥੋਂ ਵਿਕਦਾ ਆ। ਤੁਹਾਡੇ ਆਤਮਾ ਨੂੰ ਅਗਰ ਬਾਣੀ ਦਾ ਨਹੀਂ ਪਤਾ ਲੱਗ ਰਿਹਾ ਇਹਦਾ ਮਤਲਬ ਤੁਸੀਂ ਅਜੇ ਬਾਣੀ ਦਾ ਇਸਤੇਮਾਲ ਕਰਨਾ ਹੀ ਨਹੀਂ ਸ਼ੁਰੂ ਕੀਤਾ। ਜਦੋਂ ਤੁਸੀਂ ਜਿੱਦਾਂ ਸ਼ਰਾਬੀ ਸ਼ਰਾਬ ਦਾ ਇਸਤੇਮਾਲ ਕਰਦਾ ਤਾਂ ਉਹਨੂੰ ਠੇਕੇ ਦਾ ਪਤਾ ਆ। ਜਿਹੜਾ ਸੱਤ ਸੰਗੀ ਆ ਨਾ ਉਹ ਕਿਤੇ ਵੀ ਸੱਤ ਸੰਗ ਹੋਵੇ ਉਹ ਅੱਡਾ ਗੱਡਾ ਪੁੱਛ ਕੇ ਚਲੇ ਜਾਂਦਾ ਕਿ ਇੱਥੇ ਸੱਤ ਸੰਗ ਉਹਨੇ ਪਹੁੰਚ ਹੀ ਜਾਣਾ। ਤੇ ਜਿਹੜਾ ਕਹਿੰਦਾ ਮੈਨੂੰ ਪਤਾ ਨਹੀਂ ਕਿੱਥੇ ਸੀਗਾ ਸੱਤ ਸੰਗ, ਤੇਰੇ ਅੰਦਰ ਭੁੱਖ ਹੀ ਨਹੀਂ ਸੀ। ਜਿਹਨੂੰ ਜਿਹੜੀ ਚੀਜ਼ ਦੀ ਭੁੱਖ ਆ, ਤੁਹਾਡਾ ਜਦੋਂ ਪੀਜ਼ਾ ਖਾਣ ਨੂੰ ਜੀ ਕਰਦਾ ਲੱਭ ਲੈਂਦੇ ਪੀਜ਼ੇ ਵਾਲੀ ਥਾਂ ਕਿ ਨਹੀਂ? ਤੁਹਾਡਾ ਜੋ ਖਾਣ ਨੂੰ ਦਿਲ ਕਰਦਾ, ਜੋ ਖਰੀਦਣ ਨੂੰ ਜੀ ਕਰਦਾ, ਤੁਸੀਂ ਉਹ ਥਾਂ ਲੱਭਦੇ ਕਿ ਨਹੀਂ? ਤੁਸੀਂ ਤਾਂ ਨੈੱਟ ਤੇ ਸਰਚ ਕਰੋਗੇ ਕਿ ਕਿੱਥੋਂ ਬੈਸਟ ਮਿਲਦਾ। ਤੇ ਜੇ ਤੁਸੀਂ ਆਤਮਕ ਚਾਹਤ ਰੱਖੋ ਤਾਂ ਤੁਹਾਨੂੰ ਜ਼ਰੂਰ ਤੁਹਾਡੀ ਉਹ ਵੀ ਚਾਹਤ ਪੂਰੀ ਹੋਊਗੀ, ਤੁਹਾਨੂੰ ਜ਼ਰੂਰ ਲੱਭ ਪੈਣੀ ਹੈ।
ਕਿਉਂਕਿ ਚੁੰਬਕ ਨੇ ਚੁੰਬਕ ਵੱਲ ਨੂੰ ਜਾਣਾ ਹੀ ਜਾਣਾ ਆ। ਆਪਣੇ ਅੰਦਰ ਉਹ ਚੁੰਬਕ ਪੈਦਾ ਕਰੋ ਜਿਹੜਾ ਚੰਗਿਆਈ ਵਾਲੀਆਂ ਚੀਜ਼ਾਂ ਨਾਲ ਚੁੰਬੜੇ, ਜਿਹੜਾ ਪਰਮੇਸ਼ਵਰ ਵੱਲ ਨੂੰ ਤੁਹਾਨੂੰ ਲੈ ਕੇ ਜਾਵੇ। ਐਸਾ ਚੁੰਬਕ ਆਪਣੇ ਅੰਦਰ ਉਤਪੰਨ ਹੋਣ ਦਿਓ। ਔਰ ਇਹੀ ਆ ਸਪਿਰਚੁਅਲ ਗਰੋਥ, ਇਹੀ ਆ ਆਤਮਾ ਦੇ ਵਿੱਚ ਵਧਣਾ, ਇਹੀ ਆ ਸਪਿਰਚੁਅਲ ਬੈਲੈਂਸ, ਬੈਲੈਂਸ ਵਿੱਚ ਲੈ ਕੇ ਆਉਣਾ। ਅਗਰ ਤੁਸੀਂ ਜੰਕ ਫੂਡ ਹੀ ਖਾਈ ਜਾਓਗੇ, ਤੁਸੀਂ ਚੀਜ਼ ਵਾਲੀਆਂ ਚੀਜ਼ਾਂ, ਖੱਟੀਆਂ ਤਲੀਆਂ ਚੀਜ਼ਾਂ ਹੀ ਖਾਈ ਜਾਓਗੇ ਤਾਂ ਕਿੰਨੀ ਦੇਰ ਤੱਕ ਤੁਸੀਂ ਤੰਦਰੁਸਤ ਰਹੋਗੇ? ਤੁਹਾਨੂੰ ਤੰਦਰੁਸਤ ਰਹਿਣ ਦੇ ਲਈ ਚੰਗਾ ਭੋਜਨ ਖਾਣ ਦੀ ਜ਼ਰੂਰਤ ਆ। ਜੇ ਤੁਸੀਂ ਇਕੱਲਾ ਖਾਈ ਜਾਓਗੇ, ਤੁਰੋਂ ਫਿਰੋਗੇ ਨਹੀਂ, ਫਿਰ ਤੰਦਰੁਸਤ ਰਹੋਗੇ? ਤਾਂ ਤੰਦਰੁਸਤ ਰਹਿਣ ਦੇ ਲਈ ਤੁਹਾਨੂੰ ਤੁਰਨ ਫਿਰਨ ਦੀ ਵੀ ਜ਼ਰੂਰਤ ਆ। ਸੇਮ ਤਰੀਕੇ ਨਾਲ ਤੁਹਾਨੂੰ ਆਤਮਕ ਭੋਜਨ ਛਕਣ ਦੀ ਵੀ ਜ਼ਰੂਰਤ ਆ ਤੇ ਆਤਮਕ ਕਸਰਤ ਕਰਨ ਦੀ ਵੀ ਜ਼ਰੂਰਤ ਆ। ਉਹ ਭੋਜਨ ਜੋ ਛਕਿਆ, ਅੱਜ ਤੁਸੀਂ ਆਤਮਕ ਭੋਜਨ ਛਕ ਰਹੇ ਹੋ ਤੇ ਬਾਕੀ ਦੇ 3-4 ਦਿਨ ਜਿਹੜੇ ਆ ਉਹ ਤੁਸੀਂ ਕਸਰਤ ਕਰਨੀ ਆ ਕਿ ਐਤਵਾਰ ਨੂੰ ਫਿਰ ਤੁਸੀਂ ਭੋਜਨ ਖਾਣਾ ਆ ਤੇ ਤੁਹਾਨੂੰ ਪਚ ਜਾਵੇ। ਜੇ ਸਵੇਰ ਵਾਲਾ ਖਾਣਾ ਨਾ ਪਚੇ ਤਾਂ ਦੁਪਹਿਰ ਨੂੰ ਕੁਛ ਨਹੀਂ ਖਾ ਹੁੰਦਾ, ਤੇ ਦੁਪਹਿਰ ਵਾਲਾ ਨਹੀਂ ਜਿੰਨੀ ਦੇਰ ਪਚਦਾ ਤੇ ਰਾਤ ਵਾਲਾ ਨਹੀਂ ਖਾ ਹੁੰਦਾ। ਤਾਂ ਪਚਾਉਣ ਦੇ ਲਈ ਤੁਹਾਨੂੰ ਕਸਰਤ ਕਰਨੀ ਪੈਂਦੀ ਆ, ਤੁਹਾਨੂੰ ਵਗਣਾ ਪੈਂਦਾ, ਤੁਹਾਨੂੰ ਤੁਰਨਾ ਫਿਰਨਾ ਪੈਂਦਾ, ਤੁਹਾਨੂੰ ਕੰਮ ਕਰਨਾ ਪੈਂਦਾ। ਤੁਸੀਂ ਆਤਮਕ ਭੋਜਨ ਛਕਿਆ, ਹੁਣ ਤੁਸੀਂ ਆਤਮਕ ਕੰਮ ਵੀ ਕਰਨੇ ਆ ਤਾਂ ਜੋ ਨੈਕਸਟ ਡਾਈਟ ਦੇ ਲਈ ਤੁਸੀਂ ਤਿਆਰ ਹੋ ਜਾਓ। ਤੇ ਮੈਂ ਯਕੀਨ ਕਰਦੀ ਹਾਂ ਅੱਜ ਦੇ ਲਈ ਇੰਨਾ ਆਤਮਕ ਭੋਜਨ ਕਾਫੀ ਆ। ਹਾਲੇਲੂਯਾ। ਸੋ ਪਰਮੇਸ਼ਵਰ ਦੀ ਕਿਰਪਾ ਹੁਣ ਤੋਂ ਹਮੇਸ਼ਾ ਹਮੇਸ਼ਾ ਤੀਕਰ ਪਰਮੇਸ਼ਵਰ ਦੇ ਚੌੜ ਵਾਲਿਆਂ ਦੇ ਉੱਤੇ ਹੁੰਦੀ ਰਹੇ। ਆਮੇਨ। ਪਰਮੇਸ਼ਵਰ ਦੇ ਵੱਡੇ ਕੰਮਾਂ ਨੂੰ ਆਪਣੇ ਜੀਵਨ ਦੇ ਵਿੱਚ ਦੇਖਣ ਲਈ ਹੁਣੇ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਾਸਟਰ ਦਿਓਲ ਖੋਜੇਵਾਲਾ ਤੇ ਸਾਡਾ Facebook ਪੇਜ ਪਾਸਟਰ ਦਿਓਲ ਖੋਜੇਵਾਲਾ।